ਘਰ ਵਸਣਾ ਦੇ ਭਾਏ ਭਾਈ, ਲੈ ਹੁਣ ਸਾਡੇ ਪਖਵਾੜੇ ਨੂੰ ਲਾ ਲੈ, ਸੁੱਖ ਨਾਲ ਵਸਦਾ ਰਸਦਾ ਹੱਸਦਾ ਖੇਡਦਾ। ਓ ਟਿਕ ਜਾ ਤੂੰ, ਦੇਖੀ ਕਿਤੇ ਦੂਜਿਆਂ ਦਾ ਘਰ ਵਸਾਉਂਦੀ ਵਸਾਉਂਦੀ ਨਾ ਆਪ ਦਾ ਘਰ ਨਾ ਉਜਾੜ ਲਈ। ਮੇਰੇ ਸਾਲੀ ਦੇ ਜਿੰਨੇ ਵੀ ਰਿਸ਼ਤੇ ਕਰਾਇਆ ਸਭ ਰੋਂਦੇ ਆ। ਇੱਕ ਤਾਂ ਕੰਜਰ ਨੇ ਤਪਾ ਲਈ ਮੈਂ, ਹੈਂ ਤੜਕੇ ਦੀਆਂ ਲਾ ਕੇ ਜਾਂਦੀ ਆ, ਥੱਕੀ ਥਕਾਈ ਆਥਣੇ ਆ ਕੇ ਫਿਰ ਇਹਦਾ ਮੱਥਾ ਡੰਮਦੀ ਆ, ਖਾਂਦਾ ਪੀਂਦਾ ਛੜਾ ਚਲਾਉਂਦਾ। ਨਾ ਮੈਨੂੰ ਇਹ ਤਾਂ ਦੱਸ, ਨਾ ਕਿਹੜੇ ਤੇਰੇ ਪਿਓ ਦੀ ਫੈਕਟਰੀ ਚੱਲਦੀ ਆ, ਹੈਂ ਜਿੱਥੇ ਜਾਏ ਬਿਨਾਂ ਤੇਰਾ ਸਰਦਾ ਹੀ ਨਹੀਂ। ਸਾਰਾ ਦਿਨ ਫੌਜੀਆਂ ਵਾਂਗੂ ਬਿਸਤਰਾ ਗੋਲ ਹੀ ਰੱਖਦੀ ਆ। ਉਹੀ ਨਹੀਂ ਚੜਦਾ ਮੇਰੇ ਛਾਪੇ ਦੀ ਦੇਖ ਕੇ। ਉਹ ਕੀ ਹੋ ਗਿਆ ਤੈਨੂੰ? ਕੰਜਰ ਦਾ ਦਿਨੇ ਜਾਗਦਾ ਹੋਇਆ ਤੂੰ ਟੱਕਾ ਨਹੀਂ ਤੋੜਦਾ, ਸੁੱਤੇ ਪਏ ਨੇ ਮੰਜਾ ਤੋੜਦਾ। ਹਾਏ ਵੇ ਪੁੱਤ, ਕੀ ਹੋ ਗਿਆ? ਬੇਬੇ ਬੇਬੇ, ਸੁਪਨੇ 'ਚ ਨਾ ਜਾਣੀ ਲੜਾਈ ਲੱਗ ਗਈ ਤੇ ਅਸੀਂ ਜਿੱਤ ਗਏ ਬੇਬੇ, ਤਾਂ ਹੀ ਮੈਂ ਤਿਰੰਗੇ ਨੂੰ ਸਲੂਟ ਮਾਰਦਾ ਸੀ ਤੇ ਬੇਬੇ ਆ ਮੰਜਾ। ਚੱਲ ਕੋਈ, ਸ਼ਾਬਾਸ਼, ਬਸ ਐਂ ਸੁਪਨਿਆਂ 'ਚ ਸੁੱਤੇ ਸੁੱਤੇ ਖਿੱਚ ਕੇ ਸਲੂਟ ਮਾਰਦਾ ਰਹੀਂ ਤੇ ਸਾਰਦਾ ਰਹੀਂ। ਦੇਖ ਲਾ ਬੇਬੇ ਬਾਪੂ ਕਿਵੇਂ ਕਰਦਾ, ਮੈਂ ਇਹਨੂੰ ਕਦੇ ਕੁਛ ਕਿਹਾ? ਅੱਛਾ, ਨਾ ਫਿਰ ਕਹਿ ਕੇ ਦੇਖ ਲਈ, ਲੱਗ ਜੂ ਪਤਾ। ਬੇ ਤੂੰ ਜਾ, ਬਗ ਜਾ ਪਰਾਂ, ਤੇਰੀ ਦੰਦ ਕਲਾ ਨੇ ਮੁੰਡਾ ਲੈ ਲੈਣਾ ਸੀ। ਉਹ ਤੂੰ ਜਾ। ਪੁੱਤ, ਤੇਰੇ ਸੱਟ ਤਾਂ ਨਹੀਂ ਲੱਗੀ? ਨਾ, ਜਮੇ ਨਹੀਂ ਲੱਗੀ। ਮੈਨੂੰ ਤਾਂ ਇਉਂ ਲੱਗਦਾ ਕਿ ਸਲੂਟ ਵਾਲਾ ਦੱਬ ਕੇ ਵੱਜ ਗਿਆ, ਹੈ ਨਾ? ਕੀ ਪ੍ਰੋਗਰਾਮ ਹੈ? ਚੰਗਾ ਭੈਣੇ, 8 ਵਜੇ ਚੱਲਾਂਗੇ। ਚੰਗਾ ਫਿਰ, ਆ ਫੋਨ ਰੱਖਦੀ ਹਾਂ ਮੈਂ, ਕੁੜੇ ਆਏ ਤਾਂ ਮੇਰਾ ਬਲਾਸ ਮੁੱਕ ਜੂ। ਕੁੜੇ ਗੁਰਮੀਤ, ਕੁੜੇ ਆ ਜਾ, ਲੰਘਿਆ ਭੈਣੇ। ਕੁੜੇ ਭੈਣੇ, ਆਪਦੀ ਚਿੱਟੀ ਚੁੰਨੀ ਤਾਂ ਦੇਈ। ਕੁੜੇ ਕੀ ਹੋ ਗਿਆ? ਜੀਤੋ ਦੀ ਕੁੜਮਣੀ ਦੀ ਮਕਾਨ ਜਾਣਾ ਮੈਂ ਤਾਂ। ਅੱਛਾ, ਮੇਰੀ ਚੁੰਨੀ ਨੂੰ ਜਾਏ ਖਾਣੇ ਦੀਆਂ ਟਿੱਡੀਆਂ ਖਾ ਗਈਆਂ। ਚੱਲ ਕੋਈ ਨਾ, ਤੂੰ ਬੈਠ, ਮੈਂ ਲੈ ਕੇ ਆਉਂਦੀ ਹਾਂ। ਲਿਆ ਮੇਰੀ ਭੈਣ। ਵੇ ਤੂੰ ਆ, ਕਿੱਧਰ ਚੱਲਿਆ ਬੋਦੀਆਂ ਲਿਸ਼ਕਾਈ ਤੜਕੇ ਤੜਕੇ? ਚੱਲਿਆ ਮੁਖਲਾਵਾ ਲੈਣੇ ਆਪਣੀ ਮਾਂ ਦਾ, ਜਾਣਾ ਇਹਨੇ ਵਿਹਲੇ ਨੇ ਦਫ਼ਤਰ ਨੂੰ। ਵੇ ਭਾਈ ਮਿਲਿਆ, ਤੂੰ ਐਂ ਕਰਨਾ, ਇਹਨੂੰ ਕੋਈ ਕੰਮ ਖੋਲ ਦੇ। ਤੂੰ ਹੁਣ ਸਾਡੇ ਘੀਚ ਨੂੰ ਹੀ ਦੇਖ ਲੈ, ਭਾਵੇਂ ਉਹ ਸਾਈਕਲਾਂ ਦੇ ਪੈਂਚਰ ਲਾਉਂਦਾ, ਲੋੜਿਆਂ ਦੀ ਕਮਾਈ ਕਰਦਾ, 250 ਜੇਬ 'ਚ ਪਾ ਕੇ ਮੁੜਦਾ ਹੱਥਾਂ ਨੂੰ, ਨਸ਼ਾ ਨੀ ਪੱਤਾ ਨੀ ਕੋਈ। ਪੁੱਛ ਨਾ ਭੈਣੇ, ਇਹ ਤਾਂ ਮੇਰੇ ਮੁੰਡੇ ਦੇ ਬੈਰ ਹੀ ਪੈ ਗਿਆ, ਹੁਣ ਤੂੰ ਹੀ ਦੱਸ ਕਿਹਦੇ ਘਰੇ ਧੱਕੇ ਨਾਲ ਨੌਕਰ ਲੱਗ ਜੇ। ਬੇ ਭਾਈ ਮਿਲਿਆ, ਤੂੰ ਐਂ ਕਰ, ਤੂੰ ਇਹਨੂੰ ਐਂ ਕਹਿ ਵੀ ਇਹ ਟੈਂਪੂ ਚਲਾ ਲੈ ਤੇਰੇ ਵਾਲਾ, ਨਾਲੇ ਖੜੇ ਖੜੇ ਨੂੰ ਜਰ ਪਈ ਜਾਂਦੀ ਹੈ, ਹੋਰ ਨਹੀਂ ਤਾਂ ਪਿੰਡ ਵਾਲਿਆਂ ਨੂੰ ਸ਼ਹਿਰ ਜਾਣਾ ਸੌਖਾ ਹੋ ਜਾਊਗਾ। ਟੈਂਪੂ ਨਾ ਚਲਾ ਲੂ, ਇਹ ਮਾੜਾ ਮੋਟਾ ਕੰਮ ਧੰਦਾ ਤਾਂ ਸਰਦਾਰ ਸਾਹਿਬ ਦੇ ਨੱਕ ਥੱਲੇ ਉਈ ਨਹੀਂ ਆਉਂਦਾ। ਭਾਈ ਤੇਰਾ ਮੁੰਡਾ ਤਾਂ ਬਾਹਲਾ ਹੀ ਕੌੜਾ ਹੈ। ਬਾਹਲਾ ਹੀ ਕੌੜਾ ਹੈ, ਗੱਲ ਸੁਣੋ। ਏ ਓਏ, ਕਿੱਧਰ ਨੂੰ ਮੂੰਹ ਚੱਕਿਆ? ਆ ਸੁਣ ਲਿਆ ਹੁਣ, ਓਏ ਰਿਸ਼ਤੇ ਕਰਾਉਣ ਵਾਲੇ ਵੀ ਕਹਿਣ ਲੱਗ ਪਏ ਵੀ ਸਾਕ ਨਹੀਂ ਹੋਣਾ, ਉਹ ਕੋਈ ਡੱਕਾ ਤੋੜ ਲੋ। ਆ ਜਾਂਦਾ ਜਾਂਦਾ ਪੀਣਾ ਚੱਕੀ ਤੇ ਰੱਖ ਜੀ, ਆ ਸਾਈਕਲ ਲੈ ਜਾ। ਨਾ ਮੈਂ ਉਹਨੂੰ ਕੁਛ ਕਿਹਾ? ਕਿਵੇਂ ਝੋਕਦਾ ਬਾਗੜ ਬਿੱਲੇ ਵਾਂਗੂ, ਰੁਜ਼ਗਾਰ ਹੀ ਦੱਸਿਆ। ਲੈ ਹੁਣ ਮੇਰੇ ਘੀਚੂ ਨੂੰ ਲਾ ਲਓ, ਲੋੜਾਂ ਦੀ ਕਮਾਈ ਕਰਦਾ, 250 ਜੇਬ 'ਚ ਪਾ ਕੇ ਮੁੜਦਾ ਹੱਥਾਂ ਨੂੰ, ਕੋਈ ਨਸ਼ਾ ਨੀ ਪਤਾ ਨੀ। ਉਹ ਕਿਵੇਂ ਆ ਤਾਈ, ਤਕੜੀ ਹੈ? ਆ ਕਿਵੇਂ ਬੁੜਬੁੜ ਕਰਦੀ ਆਉਂਦੀ ਆ, ਸੁੱਖ ਹੈ? ਨਾ ਤੈਂ ਟਿੰਡੀਆਂ ਲੈਣੀਆਂ, ਜਾਏ ਖਾਣਿਆਂ ਦਾ ਇੱਕ ਹੋਰ ਆ ਗਿਆ ਵਿਹਲਣ, ਸਾਰਾ ਦਿਨ ਸ਼ਰਮ ਨੀ ਆਉਂਦੀ ਵੀਹਾਂ 'ਚ ਡੰਡੇ ਵਜਾਉਂਦੇ ਫਿਰਦਿਆਂ ਨੂੰ, ਕਿਸੇ ਨੇ ਕੁੜੀ ਨੀ ਦੇਣੀ ਤੁਹਾਨੂੰ। ਕਦੇ ਤਾਂ ਚੱਜ ਦੀ ਗੱਲ ਕਰ ਲਿਆ ਕਰ ਤਾਈ। ਕਿਵੇਂ ਆ,
ਦੇਗੀ ਤੈਨੂੰ ਵੀ ਦੱਖੂ ਦਾਣਾ। ਹੋਰ ਕੀ, ਇਹਨੂੰ ਤਾਂ ਇਹਨੂੰ ਕੋਈ ਕੰਮ ਆ, ਦੱਖੂ ਦਾਣੇ ਦਿੰਦੇ ਫਿਰਦੇ ਸਾਰਿਆਂ ਨੂੰ। ਬਾਲਾ ਕੁੱਤ ਭਾਅ ਹੋਣ ਲੱਗ ਗਿਆ ਯਾਰ ਸੱਤੇ, ਕੋਈ ਚੱਜ ਦਾ ਕੰਮ ਦੱਸ ਜਿਹੜਾ ਕਰ ਸਕੀਏ ਆਪਾਂ। ਹੁਣ ਤਾਂ ਮੰਤਰੀ ਵੀ ਭੈਣ ਨਾਲ ਰੱਬ ਵਾਂਗੂ ਕੰਨਾਂ 'ਚ ਕੌੜਾ ਤੇਲ ਪਾਈ ਬੈਠਾ। ਯਾਰ ਕੋਈ ਫਾਇਦਾ ਨਹੀਂ ਹੋਇਆ ਤੇਰੀ ਬੀਟੈਕ ਬੂਟੈਕ ਕਰੀਦਾ। ਵੈਸੇ ਆਹ ਮੈਂਬਰ ਨਹੀਂ ਕਿਵੇਂ ਗੇਰੂ ਵਾਂਗੂ ਲਾਲ ਹੋਈ ਜਾਂਦੀ ਸੀ। ਇਹ ਹੋਰ ਨੀ ਇੱਕ ਸਲਾਹ ਦੇਗੀ ਬਾਪੂ, ਆਖੇ ਮੁੰਡੇ ਨੂੰ ਟੈਂਪੂ ਪਾ ਦਿਓ। ਟੈਂਪੂ ਨਾ ਹੋ ਗਿਆ ਸਾਲਾ, ਜਿਹਾ ਜੀ ਹੋ ਗਿਆ। ਵੈਸੇ ਬਾਲਾ ਕਸੂਤਾ ਜਿਹਾ ਬੋਲ ਗਈ ਤਾਈ, ਆਹ ਸਾਕ ਵਾਲੀ ਗੱਲ ਬਾਲੀ ਟੇਢੀ ਜੀ ਨਹੀਂ ਕਹਿ ਗਈ। ਕਾਟੀ ਸਾਕ ਕਿਵੇਂ ਨਹੀਂ ਹੋਈ, ਬਾਬਾ ਜੀ ਨੇ ਸਾਰਿਆਂ ਲਈ ਇੱਕ ਬਣਾਈ ਹੈ, ਮੇਰੇ ਵਾਲੀ ਵੀ ਖਾਂਦੀ ਹੋ ਕਿਤੇ ਦਹੀਂ ਨਾ ਪਰੌਂਠੇ। ਆ ਗਈ ਭਾਬੀ, ਮੈਂ ਚੱਲਦੀ ਆ। ਕੁੜੇ ਸੂਫੀ, ਕੁੜੇ ਜਾਂਦੀ ਜਾਂਦੀ ਲੇੜਿਆਂ ਨੂੰ ਹੱਥ ਮਾਰ ਜੀ, ਦੋ ਕੀ ਸੂਟ ਨੇ। ਬੀਬੀ ਮੇਰੇ ਕਾਲਜ ਦਾ ਟਾਈਮ ਹੋ ਗਿਆ, ਮੈਂ ਲੇਟ ਹੋ ਨਹੀਂ ਕਿਤੇ ਨਹੀਂ ਅੱਗ ਲੱਗਣ ਲੱਗੀ ਦੋ ਮਿੰਟਾਂ ਨਾਲ। ਇੱਥੇ ਤੇਰੀ ਮਾਂ ਨਹੀਂ ਬੈਠੀ ਜਿਹੜਾ ਤੈਨੂੰ ਕਰਿਆ ਕਰਾਇਆ ਮਿਲ ਜੂਗਾ। ਹਾਂ ਕਰਿਆ ਕਰਾਇਆ ਭਾਲਦੀ ਸਾਰਾ ਦਿਨ। ਸੂਫੀ ਆ ਫੜ ਕਿਤਾਬਾਂ ਤੇ ਤੂੰ ਜਾ ਕਾਲਜ, ਆ ਕੱਪੜੇ ਕੁਪੜੇ ਜੇ ਤਾਂ ਮੈਂ ਆਪ ਹੀ ਦੇਖ ਲਵਾਂ। ਪਰ ਭਾਬੀ ਬੀਬੀ ਨੇ ਤਾਂ। ਚੰਗਾ ਜਾ ਕਾਲਜ, ਆ ਫੜ ਕਿਤਾਬਾਂ। ਹਾਏ ਮੈਂ ਮਰ ਜਾਣੀ, ਮੇਰੀ ਭਾਬੀ ਕਿੰਨੀ ਚੰਗੀ, ਐਵੇਂ ਤਾਂ ਨਹੀਂ ਲੋਕ ਭਾਬੀ ਨੂੰ ਮਾਵਾਂ ਵਰਗੀ ਕਹਿੰਦੇ। ਚੰਗਾ ਬੜੀਆਂ ਸਿਫਤਾਂ ਨਾ ਕਰ ਮੇਰੀਆਂ, ਜੇ ਬੇਬੇ ਨੇ ਦੇਖ ਲੈਣਾ ਤਾਂ ਦੁਬਾਰਾ ਹਾਕ ਮਾਰ ਲਓ। ਸੂਫੀ ਨੀ ਸੂਫੀ, ਚੰਗਾ ਭਾਬੀ ਮੈਂ ਚੱਲਦੀ। ਚੰਗਾ ਜਾ ਮੇਰਾ ਬੱਚਾ। ਨੀ ਸੂਫੀ ਆ ਜਾ ਆ ਜਾ, ਟੈਂਪੂ ਲੰਘ ਜਾਣਾ ਨਹੀਂ ਤਾਂ। ਹਾਂ ਹਾਂ ਚੱਲ ਚੱਲ ਛੇਤੀ ਆ। ਕਿਵੇਂ ਆ ਹੋਰ? ਠੀਕ ਆ। ਨਹੀਂ ਸੱਚ, ਆਉਣ ਲੱਗੀ ਨੂੰ ਤੇਰੀ ਬੇਬੀ ਕੀ ਕਹਿੰਦੀ ਸੀ ਤੈਨੂੰ? ਕੁਛ ਨਹੀਂ ਸੀ ਕਹਿੰਦੀ, ਉਹ ਤਾਂ ਮੇਰੇ ਸੂਟ ਬਾਰੇ ਪੁੱਛਦੀ ਸੀ ਵੀ ਮੇਰਾ ਸੂਟ ਕਿਹੋ ਜਿਹਾ ਲੱਗਿਆ। ਨਹੀਂ ਉਹ ਤਾਂ ਮਤਰਈ ਦੀ ਮਤਰਈ ਹੋ ਰਹੀ, ਤੇ ਇੱਕ ਤੇਰੇ ਮੂੰਹੋਂ ਕਦੇ ਮਾੜਾ ਸ਼ਬਦ ਨਹੀਂ ਨਿਕਲਿਆ ਉਹਨੂੰ। ਨਹੀਂ ਐਨਾ ਕਹਿ, ਸੁਭਾਅ ਜਿਹਾ ਜਿਹਾ ਮਰਜ਼ੀ ਹੈ, ਹੈ ਤਾਂ ਮੇਰੀ ਮਾਂ ਨਾ, ਨਾਲੇ ਜਿਉਂਦੀ ਰਹੇ ਮੇਰੀ ਭਾਬੀ ਜਿਹੜਾ ਮੈਨੂੰ ਇੰਨਾ ਪਿਆਰ ਕਰਦੀ ਆ। ਗੱਲ ਹੈ ਇੱਕ, ਭਾਬੀ ਤੇਰੀ ਹੈਗੀ ਤਾਂ ਵਧੀਆ, ਜੇ ਕਿਤੇ ਮੈਂ ਮੁੰਡਾ ਹੁੰਦੀ ਨਾ ਫਿਰ ਤਾਂ ਮੈਂ ਉਹਦੇ ਤੇ ਟਰਾਈਆਂ ਹੀ ਮਰੀ ਜਾਣੀਆਂ ਸੀ। ਪਰ ਮਿੱਠੋ ਉਹ ਤਾਂ ਮੇਰੇ ਭਰਾ ਨਾਲ ਵਿਆਹੀ ਹੋਈ ਹੈ। ਨਹੀਂ ਭਾਈ ਤਾਂ ਤੇਰਾ ਚੰਦ ਪਾਉਂਦਾ ਟੇਸ਼ਨ ਆ, ਉਹ ਕਹਿੰਦੇ ਹੁੰਦੇ ਆ ਨਾ ਵੀ ਕਾਂ ਜਲੇਬੀ ਲੈ ਗਿਆ, ਬਸ ਉਵੇਂ ਹੀ। ਨਾਲੇ ਨਾ ਮੇਰੀ ਵੱਡੀ ਬੇਬੇ ਦੱਸਦੀ ਆ ਵੀ ਕਾਂ ਮਗਰੇ ਆ ਗਿਆ ਸੀ ਦਾਜ 'ਚ ਤੇ ਸਾਰੇ ਘਰ ਤੇ ਮੇਰ ਮਾਰ ਕੇ ਬਹਿ ਗਿਆ ਸੀ। ਨਹੀਂ ਮੂੰਹ ਸੰਭਾਲ ਕੇ ਬੋਲ ਮੇਰੇ ਭਰਾ ਬਾਰੇ। ਹਾਏ ਹਾਏ ਬੜੀਆਂ ਮਿਰਚਾਂ ਲੱਗੀਆਂ ਆਪਣੀ ਮਤਰਈ ਮਾਂ ਤੇ ਭਰਾ ਬਾਰੇ ਸੁਣ ਕੇ। ਉਹਨਾਂ ਨਾਲ ਤਾਂ ਉਹ ਬਗਾਨੀ ਧੀ ਚੰਗੀ ਆ ਜਿਹੜੀ ਤੈਨੂੰ ਇੰਨਾ ਪਿਆਰ ਕਰਦੀ ਆ। ਚੱਲ ਚੱਲ ਬਹੁਤ ਚੁਗਲੀਆਂ ਕਰ ਲਈ, ਹੁਣ ਚੱਲ ਆਪਣਾ ਟੈਂਪ ਲੰਘ ਜੂਗਾ। ਬੇਬੇ ਤੂੰ ਕਦੇ ਆਪਣੇ ਆਪ ਨੂੰ ਧਿਆਨ ਨਾਲ ਦੇਖਿਆ? ਕਿਉਂ ਮੈਨੂੰ ਕੀ ਹੋਇਆ? ਉਹ ਨਾ ਜਦੋਂ ਆਪਾਂ ਮੋਟਰਸਾਈਕਲ ਤੇ ਜਾਂਦੇ ਹਾਂ ਨਾ ਤਾਂ ਆਪਾਂ ਮਾਂ ਪੁੱਤ ਘੱਟ ਤੇ ਭੈਣ ਭਰਾ ਜ਼ਿਆਦਾ ਲੱਗਦੇ ਹਾਂ। ਬੇਬੇ ਜਵਾਨੀ ਵੇਲੇ ਸੋਹਣੀ ਤਾਂ ਤੂੰ ਵੀ ਬਹੁਤ ਹੋਏਂਗੀ। ਦੇਖ ਮਾਂ ਨਾ ਮਸ਼ਕਰੀਆਂ, ਉਹ ਤੇਰੀ ਬੇਬੇ ਦੀਆਂ ਵੀ ਗੱਲਾਂ ਹੁੰਦੀਆਂ ਸੀ, ਰਿਸ਼ਤੇ ਵਾਲੀਆਂ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ। ਤੇਰੀ ਨਾਨੀ ਮੈਨੂੰ ਘਰੋਂ ਨਹੀਂ ਸੀ ਬਾਹਰ ਕੱਢਦੀ, ਆਖੇ ਨਜ਼ਰ ਲੱਗ ਜੂਗੀ ਕੁੜੀ ਨੂੰ। ਹਾਂ
ਫਿਰ ਬੇਬੇ ਆ ਮੇਲਾ ਸਮਝ ਤੂੰ ਕੀ ਰਾਂਝਾ ਦੇਖ ਲਿਆ ਚਿਮਟੇ ਖਾਏਗਾ ਉਹ ਦੇਖ ਮੇਲਾ ਸੀ ਆ ਗਿਆ ਦੇਖ ਤਾਂ ਮੇਰੇ ਸਾਲਿਆਂ ਨੂੰ ਮੇਰੇ ਆਉਣ ਤੇ ਕਿਵੇਂ ਸੱਪ ਸੁੰਘ ਗਿਆ ਜਾ ਆਪਣੇ ਬਾਪੂ ਨੂੰ ਪਾਣੀ ਦੇ ਆ ਲੈ ਬਾਪੂ ਪਾਣੀ ਫਿਰ ਸੋਚਿਆ ਕੁਛ ਕਾਹਦੇ ਬਾਰੇ ਬਾਪੂ ਉਹ ਅੱਛਾ ਦਿਨੇ ਕੰਮਾਂ ਕਾਰਾਂ 'ਚ ਬਾਪੂ ਟਾਈਮ ਨਹੀਂ ਲੱਗਿਆ ਰਾਤ ਨੂੰ ਕਾਗਰ ਜਿੱਥੋਂ ਕੇ ਸੋਚਦਾ ਜੇ ਦਿਨੇ ਟਾਈਮ ਨਹੀਂ ਨਾ ਲੱਗਿਆ ਇਸ ਹਿਸਾਬ ਨਾਲ ਰਾਤ ਨੂੰ ਵੀ ਔਖਾ ਹੀ ਲੱਗੂ ਆਪਸ ਵਿੱਚ ਕਿਉਂ ਲੜੀ ਜਾਂਦੇ ਹੋ ਭਲਾ ਰਾਤ ਨੂੰ ਨਹੀਂ ਸੋਚਿਆ ਜਾ ਸਕਦਾ ਰਾਤ ਨੂੰ ਇਹਨਾਂ ਨੇ ਬਾਰਡਰ ਬੂਰਡਰ ਤੇ ਨਿਕਲ ਜਾਣਾ ਨਾਲੇ ਕੀ ਪਤਾ ਫਿਰ ਸੂਬੇਦਾਰ ਸਾਹਿਬ ਦਾ ਪਾਕਿਸਤਾਨ ਤੇ ਚੜ੍ਹਾਈ ਵੀ ਕਰ ਸਕਦੇ ਆ ਤੁਸੀਂ ਲਾਓ ਝੁੱਟ ਬੇਬੇ ਮੈਂ ਸੁਣਾਂਗਾ ਮੇਰਾ ਮਤਲਬ ਸੋਚਦਾਂਗਾ ਫੇਰ ਤੋੜਤਾ ਮੰਜਾ ਉਹ ਕਿਉਂ ਮੇਰਾ ਲਹੂ ਪੀਨਾ ਮੈਂ ਮਰ ਜਾ ਕੀ ਹੋ ਗਿਆ ਸੱਤੇ ਮੇਰਿਆ ਪਤਿਆਰਿਆ ਤੂੰ ਹਟ ਜਾ ਓਏ ਓਏ ਇਹੋ ਜਿਹਾ ਕੀ ਦਿੰਦਾ ਉਹ ਤੈਨੂੰ ਓਏ ਐਵੇਂ ਦਿਲ ਫੇਲ ਕਰੇਗਾ ਕਿਸੇ ਦਿਨ ਮੇਰਾ ਉਹ ਤੂੰ ਕਿਸੇ ਕੰਮ ਕਾਰ ਤੇ ਲਾ ਦੇ ਨਿਕੰਮੇ ਨੂੰ ਲੈ ਫੜ ਪੁੱਤ ਘੁੱਟ ਪਾਣੀ ਦੀ ਪੀ ਲਾ ਦੇਖਦਾ ਅਜੇ ਵੀ ਪੁੱਤ ਪੁੱਤ ਕਰਦੀ ਹੈ ਇਹਨੂੰ ਉਹ ਸ਼ਰਮ ਦਾ ਘਾਟਾ ਤੁਹਾਨੂੰ ਦੋਨਾਂ ਨੂੰ ਪੀ ਲਾ ਹੁਣ ਤਾਂ ਨਾ ਉਹ 12 ਮਿਸਤਰੀ ਵੀ ਮੈਨੂੰ ਚਹਿਟਾ ਕਰਦਾ ਫਿਰਦਾ ਅਖੇ ਫਿਕਰ ਨਾ ਕਰ ਮਿਲਿਆ ਸਿਆ ਤੇਰੇ ਵਾਸਤੇ ਨਾ ਸੇਰਵਾ ਕਰਕੇ ਕੰਧ ਨਾਲ ਲਾਇਆ ਪਿਆ ਹੁੰਦਾ ਜਦੋਂ ਮਰਜ਼ੀ ਆ ਕੇ ਲੈ ਜਾ ਕਰ ਆ ਤੂੰ ਤਾਂ ਉਹੀ ਨਹੀਂ ਜਰਦਾ ਮੇਰੇ ਸੋਨੇ ਵਰਗੇ ਪੁੱਤ ਨੂੰ ਜਾ ਬਰੇ ਜਾ ਭੱਗ ਜਾ ਚਲਾ ਜਾ ਇੱਥੋਂ ਜਾ ਅੰਦਰ ਜਾ ਕੇ ਡੱਫ ਲਾ ਰੋਟੀ ਜਾ ਡੱਫ ਲੂੰਗਾ ਬੇਬੇ ਬੇਬੇ ਪਤਾ ਮੈਂ ਨਾ ਯਾਨੀ ਯੂਐਸ ਪੁਲਿਸ 'ਚ ਭਰਤੀ ਹੋ ਗਿਆ ਬੇਬੇ ਤੇ ਮੈਂ ਨਾ ਜੀਪ 'ਚ ਇੱਕ ਚੋਰ ਦਾ ਪਿੱਛਾ ਕਰ ਰਿਹਾ ਸੀ ਬੇਬੇ ਚੋਰ ਦੇ ਜਮਾਂ ਕੋਲੇ ਪਹੁੰਚਣ ਵਾਲਾ ਸੀ ਬੇਬੇ ਤੇ ਮੂਹਰੇ ਗਊ ਮਾਤਾ ਆ ਗਈ ਤੇ ਮੈਂ ਨਾ ਪੂਰੇ ਜ਼ੋਰ ਨਾਲ ਬ੍ਰੇਕ ਮਾਰੀ ਤੇ ਬੇਬੇ ਆ ਮੰਜਾ ਚੱਲ ਕੋਈ ਨਾ ਪੁੱਤ ਤੂੰ ਬਚ ਗਿਆ ਨਾ ਮੰਜਾ ਤਾਂ ਫਿਰ ਵੀ ਬਣ ਜੂਗਾ ਪੁੱਤ ਮੈਨੂੰ ਆਏ ਲੱਗਦਾ ਹੈ ਜਿਵੇਂ ਭੂਤਾਂ ਦਾ ਨਾ ਕਿਸੇ ਨੇ ਤੈਨੂੰ ਟੂਣਾ ਟਾਮਣ ਕਰਾਤਾ ਹਾਂ ਮੈਂ ਟਿੱਲੇ ਵਾਲੇ ਸਾਹ ਤੋਂ ਲਿਆਉਂਗੀ ਧਾਗਾ ਕਰਾ ਕੇ ਸੁਪਨਾ ਘੈਂਟ ਸੀ ਬੇਬੇ ਸਤਿ ਸ਼੍ਰੀ ਅਕਾਲ ਵੀ ਜਵਾਨ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜਿਹਨੇ ਠਿਕਰੀ ਠਿਕਰੀ ਕਰਕੇ 5 ਲੱਖ ਦਿੱਤਾ ਹੋਵੇ ਤੇ 2 ਸਾਲ ਤੁਹਾਡੇ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਧੇ ਹੋਣ ਉਹਦਾ ਹਾਲ ਤੁਸੀਂ ਆਪ ਹੀ ਸਮਝ ਲਓ ਦੇਖੋ ਇਹੋ ਜਿਹੇ ਕੰਮਾਂ ਕਾਰਾਂ ਨੂੰ ਟਾਈਮ ਤਾਂ ਲੱਗਦਾ ਹੈ ਸਬਰ ਕਰੋ ਹੈ ਨਾਲੇ ਜਦੋਂ ਤੁਹਾਡਾ ਕੰਮ ਹੋ ਗਿਆ ਉਦੋਂ ਚਿੱਠੀ ਧੂ ਕਰਕੇ ਆ ਜਾਣੀ ਹੈ ਦਫ਼ਤਰ ਤੋਂ ਹੁਣ ਤਾਂ ਮੇਰੀ ਮੀਟਿੰਗ ਹੈ ਮੈਂ ਚੱਲਦਾ ਸਮਝ ਗਏ ਨਾ ਚਲੋ ਵਿਆਜ ਨੂੰ ਵਿਆਜ ਸਿਉਂਖ ਵਾਂਗੂ ਲੱਗੀ ਜਾਂਦਾ ਮੰਤਰੀ ਸਾਹਿਬ ਨਾਲੇ ਜੇ ਨੌਕਰੀ ਨਹੀਂ ਦੇ ਸਕਦੇ ਤਾਂ ਮੇਰੇ ਪੈਸੇ ਵਾਪਸ ਕਰ ਦਿਓ ਮੈਂ ਆਪਦੇ ਬਾਪੂ ਦਾ ਕਰਜ਼ਾ ਤਾਂ ਲਾ ਦਿਆਂ ਗੱਲ ਨੂੰ ਸਮਝਿਆ ਕਰਦੇ ਆ ਕਾਕਾ ਗੱਲ ਨੂੰ ਸਮਝਿਆ ਕਰਦੇ ਆ ਸਮਝਿਆ ਕਰਦੇ ਆ ਮੈਂ ਆਪਣੇ ਵੱਲੋਂ ਤਾਂ ਕਾਰਵਾਈ ਪੂਰੀ ਕਰਤੀ ਹੁਣ ਤਾਂ ਸਰਕਾਰਾਂ ਦਾ ਕੰਮ ਰਹਿ ਗਿਆ ਪੀਏ ਸਾਹਿਬ ਚਲੋ
ਕਟੇ ਸ਼ਹਿਰ ਚੱਲ ਕੇ ਆਈਏ, ਬਾਪੂ ਨੇ ਇੱਕ ਦੋ ਕੰਮ ਕਹੇ ਸੀ। ਸ਼ਹਿਰ ਤਾਂ ਚੱਲ ਆਉਂਦੇ ਹਾਂ, ਪਰ ਸੱਤੇ ਤੈਨੂੰ ਨਹੀਂ ਲੱਗਦਾ ਵੀ MLA ਆਪਾਂ ਨੂੰ ਝੁੱਡੂ ਬਣਾ ਰਿਹਾ? ਨਾ ਤਾਂ ਇਹਨੇ ਤੈਨੂੰ ਕੋਈ ਨੌਕਰੀ ਦੇਣੀ ਆ ਅਤੇ ਨਾ ਹੀ ਤੇਰੇ ਪੈਸੇ ਵਾਪਸ ਕਰਨੇ ਨੇ। ਕਟੀ ਇਹਨਾਂ ਲੀਡਰਾਂ ਨੂੰ ਨਾ ਸਾਡੀ ਹੱਸ ਕੇ ਬੁਲਾਈ ਸਤਿ ਸ਼੍ਰੀ ਅਕਾਲ 'ਚ ਸਿਰਫ ਸਾਡੇ ਹਾਸੇ ਦਿੰਦੇ ਆ, ਬੁੱਲਾਂ ਦੇ ਜੰਮੀ ਬੇਰੁਜ਼ਗਾਰੀ ਦੀ ਸਿੱਕਰੀ ਨਹੀਂ ਦਿੰਦੀ। ਚੱਲ ਆ ਜਾ, ਬਹਿ ਜਾ। ਚੱਲ ਛੱਡ ਪਰੇ ਬਾਈ, ਲੀਡਰ ਤਾਂ ਹੁੰਦੇ ਕੁੱਤੇ ਦਾ ਹੱਦ ਨੇ, ਸਭ ਕੁਛ ਠੀਕ ਹੋ ਜੂਗਾ ਸੱਤੇ, ਕਾਹਨੂੰ ਘਬਰਾਉਣਾ ਬਾਈ? ਨਾ ਘਬਰਾਉਂਦੇ ਤਾਂ ਨਹੀਂ। ਅਹੇ ਬਾਲਾ ਹੀ ਸਿਰ ਦੁਖਦਾ ਰਹਿੰਦਾ ਹੈ। ਕੀ ਗੱਲ ਬੇਬੇ, ਸਿਰ ਜਾ ਬੰਨੀ ਬੈਠੀ ਹੈ? ਮੈਂ ਕੀ ਦੱਸਾਂ ਪੁੱਤ, ਆ ਟੀਵੀ ਨਹੀਂ ਅੱਗ ਲੱਗਣਾ ਸਾਰਾ ਦਿਨ ਬੰਦ ਕਰ ਦੇ ਕਿਤੇ। ਆ ਬੰਦ ਕਰਾ ਯਾਰ ਇਹਨੂੰ। ਸੂਫੀ ਟੀਵੀ ਬੰਦ ਕਰ ਦੇ, ਬੀਬੀ ਦਾ ਸਿਰ ਦੁਖੀ ਜਾਂਦਾ। ਕੀ ਹੋ ਗਿਆ ਇਹਨੂੰ? ਓਹੋ ਬਾਲਾ ਹੀ ਦੁਖੀ ਜਾਂਦਾ, ਚੀਸਾਂ ਪਈ ਜਾਂਦੀਆਂ, ਬਾਲੀਆਂ ਚੀਸਾਂ ਪੈਂਦੀਆਂ। ਮੈਂ ਮੇਰੇ ਸਾਲੇ ਦਾ ਟੀਵੀ ਭੰਡੂ ਕਿਸੇ ਦਿਨ ਮਾਰ ਕੇ ਕੁਛ, ਆਪ ਤਾਂ ਬਾਪੂ ਮਰ ਗਿਆ, ਇਹਨੂੰ ਸਾਡੇ ਗੱਲ ਪਾ ਗਿਆ। ਸੂਫੀ ਉੱਠ ਕੇ ਘੁੱਟ ਦੁੱਧ ਹੀ ਪੀ ਲਾ ਫਿਰ ਸੌਂ ਜੀ। ਮੈਂ ਨਹੀਂ ਪੀਣਾ ਭਾਬੀ, ਮੈਨੂੰ ਨੀਂਦ ਆਉਂਦੀ ਆ। ਇੱਕ ਵਾਰੀ ਉੱਠ ਕੇ ਦੁੱਧ ਪੀ ਲਾ ਫਿਰ ਸੌਂ ਜੀ, ਚੰਗਾ ਉੱਠ। ਕਦੇ ਵਿਆਜ ਨੂੰ ਵਿਆਜ ਲੱਗਦਾ ਦੇਖਿਆ ਲੀਡਰਾਂ? ਮੇਰੇ ਬਾਪੂ ਨੇ ਦੇਖਿਆ, ਮੇਰੀ ਮਾਂ ਨੇ ਦੇਖਿਆ, ਮੈਂ ਦੇਖਿਆ। ਬਾਪੂ ਅੱਜ ਇਹ ਪੈਰ ਮੱਝ ਨੇ ਸੱਤੇ ਦੇ ਬਾਪੂ ਦੇ ਪੈਰ 'ਤੇ ਨਹੀਂ ਰੱਖਿਆ ਸੀ, ਇਹ ਤਾਂ ਸੱਤੇ ਦੇ ਸਮੁੰਦਰ ਦੇ ਸੀਨੇ 'ਤੇ ਰਾਜ ਕਰਨ ਦੇ ਸੁਪਨਿਆਂ 'ਤੇ ਰੱਖਿਆ ਗਿਆ ਸੀ। ਕਈ ਵਾਰ ਹਾਲਾਤ ਬੰਦੇ ਨੂੰ ਇੰਨਾ ਤੋੜ ਦਿੰਦੇ ਨੇ ਕਿ ਉਹਨੂੰ ਸੁਪਨੇ ਵੀ ਤੋੜਨੇ ਪੈ ਜਾਂਦੇ ਨੇ। ਸਮੁੰਦਰੀ ਜਹਾਜ਼ ਨੂੰ ਚਲਾ ਕੇ ਹਿੰਦ ਮਹਾਂਸਾਗਰ ਦੀਆਂ ਹੱਦਾਂ ਤੱਕ ਜਾਣ ਦੇ ਸੁਪਨੇ, ਇੱਕ ਟੈਂਪੂ ਨੂੰ ਚਲਾ ਕੇ ਜਲੂਰ ਤੋਂ ਲੈ ਕੇ ਬਰਨਾਲੇ ਦੀ ਹੱਦ ਤੱਕ ਆ ਖਲੋਤੇ, ਬਸ ਜੋ ਸਮੁੰਦਰ ਦੀਆਂ ਹੱਦਾਂ ਤੋੜਨ ਨੂੰ ਫਿਰਦਾ ਸੀ ਅੱਜ ਸ਼ਹਿਰ ਦੀਆਂ ਹੱਦਾਂ ਤੱਕ ਬੰਨਿਆ ਗਿਆ। ਪਰ ਕਈ ਵਾਰ ਹੱਦਾਂ ਵੀ ਇਨਸਾਨ ਨੂੰ ਬਹੁਤ ਕੁਝ ਬਣਾ ਦਿੰਦੀਆਂ। ਦੇਖਿਆ, ਮੈਂ ਰਿਸ਼ਤੇ ਹੀ ਨਹੀਂ ਕਰਾਉਂਦੀ, ਮੇਰਾ ਤਾਂ ਕੰਮ ਕਾਰ ਚਲਾਉਣ ਵਿੱਚ ਵੀ ਬਹੁਤ ਦਿਮਾਗ ਹੈ। ਮੰਨਦਾ ਇਹ ਸਲਾਹ ਵੀ ਮੈਂ ਹੀ ਦਿੱਤੀ ਸੀ ਇਹਨਾਂ ਨੂੰ। ਆਹੋ, ਦਿਖੀ ਜਾਂਦਾ ਤੇਰੀ ਨੇਕ ਸਲਾਹ ਦਾ ਨਤੀਜਾ, ਉਹ ਜਿਨ੍ਹਾਂ ਨੂੰ ਤੂੰ ਭੂਣ ਤੇ ਚਾੜਤਾ, ਆ ਵੇਖ ਉਹ ਤਾਂ ਮੂੰਹ ਲਮਕਾਈ ਖੜੇ। ਉਹ ਚੱਲ ਠੀਕ ਹੈ ਮੇਲਾ ਸਿਆਂ, ਹੁਣ ਮੁੰਡਾ ਤੇਰਾ ਕਿਸੇ ਆਰੇ ਤਾਂ ਲੱਗ ਜੂ। ਠੀਕ ਹੈ ਨੇਕ ਸਿਆਂ, ਬਈ ਮੁੰਡਾ ਕਹੇ ਤਾਂ ਲੱਗਿਆ।
ਤੂੰ ਚਾਹ ਬਦਾਣਾ ਛੱਕ ਲੈ ਵੀ ਗੁਰਮੀਤ ਕੌਰ ਚਾਹ ਬਦਾਣਾ ਛੱਕਾ ਲਿਆਓ ਪਹਿਲੇ ਆਜੋ ਵੀ ਆਜੋ ਆਜੋ ਸਾਰੇ ਬੈਠੋ ਬੈਠੋ ਬਹਿਜੋ ਬਹਿਜੋ ਕੁੜੇ ਚਾਹ ਬਦਾਣਾ ਛੱਕ ਕੇ ਦੇਵਾਂਗੇ ਬਹਿਜੋ ਵਧਾਈਆਂ ਕੁੜੇ ਲਓ ਵੀਰ ਜੀ ਲਓ ਤੁਸੀਂ ਵੀ ਥੋੜਾ ਥੋੜਾ ਵਧਾਈਆਂ ਹੁਣ ਗੁਰਮੀਤ ਕੁਰੇ ਤੈਨੂੰ ਵੀ ਵਧਾਈਆਂ ਹੁਣ ਭੈਣੇ ਬਾਬਾ ਜੀ ਪੁੱਤ ਹੁਣ ਜੀ ਲਾ ਕੇ ਕੰਮ ਕਰੀ ਚੰਗਾ ਲੈ ਭੈਣੇ ਤੂੰ ਵੀ ਲੈ ਲਾ ਲਓ ਯਾਰ ਸੱਤੇ ਉਹ ਗੱਲ ਆ ਇੱਕ ਮੈਂ ਕਹਿੰਦਾ ਸੀ ਨਾ ਤੈਨੂੰ ਵੀ ਸਰਸਵਤੀ ਬੈਠੀ ਹੁੰਦੀ ਹੈ ਬੰਦੇ ਦੀ ਜ਼ਬਾਨ ਤੇ ਮੈਂ ਲਾ ਲਿਆ ਸਾਹਿਬ ਤੂੰ ਨਾ ਘੱਟ ਹੀ ਬੋਲਿਆ ਕਰ ਮੁੰਡੇ ਲੈ ਜੇ ਕੀ ਕੱਢੀ ਜਾਂਦਾ ਜਿਉਂਦਾ ਰਹਿ ਪੁੱਤ ਤੂੰ ਵੀ ਨਾ ਮੇਰੇ ਘੀਚੂ ਵਾਂਗੂ ਰੋਟੀ ਪੈ ਗਿਆ ਲੋੜਿਆਂ ਦੇ ਪੈਸੇ ਕਮਾਉਂਦਾ ਢਾਈ ਸੌ ਜੇਬ ਚ ਪਾ ਕੇ ਮੁੜਦਾ ਹੱਥਾਂ ਨੂੰ ਨਸ਼ਾ ਨੀ ਪੱਤਾ ਨੀ ਨਾਲੇ ਸਾਰੇ ਪਿੰਡ ਨੂੰ ਸੁੱਖ ਹੋ ਗਿਆ ਤਾਈ ਸਾਰੇ ਪਿੰਡ ਨੂੰ ਸੁੱਖ ਹੋ ਸਕਦਾ ਇੱਕ ਤੈਨੂੰ ਛੱਡ ਕੇ ਉਹ ਨਾ ਚੜ੍ਹ ਜੀ ਕਿਤੇ ਗਲਤੀ ਨਾਲ ਫਿਟੇ ਮੂੰ ਹੈ ਭਲਾਈ ਦਾ ਜ਼ਮਾਨਾ ਹੀ ਨੀ ਕਾਟੀ ਹੋਏ ਕਿਸੇ ਦਿਨ ਨਾ ਇਹਨਾਂ ਦੇ ਘੀਚੂ ਦੀ ਗਿੱਦੜ ਕੁੱਟ ਕਰਨੀ ਹੈ ਸਾਲੇ ਨੇ ਪੈਂਚਰ ਦੀ ਦੁਕਾਨ ਹੀ ਖੋਲੀ ਐਮ ਆਰ ਐਫ ਦੀ ਬ੍ਰਾਂਚ ਥੋੜ੍ਹੀ ਖੋਲੀ ਆ ਉਹ ਯਾਰ ਫਿਰ ਪੈਂਚਰ ਕੌਣ ਲਾਊ ਮੈਂ ਗਿੱਦੜ ਕੁੱਟ ਕਰਨ ਨੂੰ ਕਿਹਾ ਮਾਰਨ ਨੂੰ ਨਹੀਂ ਆ ਜਾ ਰੱਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਜਗਦੇ ਰੱਖ ਡੋਰੀਆਂ ਸੱਚੇ ਰੱਬ ਦੇ ਦੇਖ ਲੈ ਕਾਟੀ ਚਾਚਾਂ ਦੇ ਸੁਪਨੇ ਲੈਂਦੇ ਸੀ ਟੈਂਪੂ ਤੇ ਆ ਗਏ ਯਾਰ ਨਾ ਯਾਰ ਇੱਦਾਂ ਨਾ ਕਹਿ ਟੈਂਪੂ ਨਹੀਂ ਹੈ ਹੁਣ ਤਾਂ ਇਹੀ ਆਪਣਾ ਟਾਈਟੈਨਿਕ ਸਹੀ ਕਿਹਾ ਤੂੰ ਹੁਣ ਤਾਂ ਇਹੀ ਆਪਣਾ ਟਾਈਟੈਨਿਕ ਨਾਲੇ ਸਿਆਣੇ ਕਹਿੰਦੇ ਆ ਲਿਖੀਆਂ ਲੇਖਦੀਆਂ ਭੋਗ ਮਨਾਂ ਚਿੱਤ ਲਾ ਕੇ ਯਾਰ ਸੱਤੇ ਇੱਕ ਗੱਲ ਦੱਸ ਯਾਰ ਅੱਜ ਆਪਾਂ ਕਿਹੜੀ ਖੁਸ਼ੀ 'ਚ ਪੀ ਰਹੇ ਹਾਂ ਖੁਸ਼ੀ 'ਚ ਨਹੀਂ ਦੁੱਖ 'ਚ ਪੀ ਰਹੇ ਹਾਂ ਬੀਟੈਕ ਕਰਕੇ ਵੀ ਟੈਂਪੂ ਚਲਾਉਣਾ ਪੈ ਗਿਆ ਇਹ ਤਾਂ ਧੱਕਾ ਹੀ ਹੈ ਯਾਰ ਉਹ ਗੱਲ ਤਾਂ ਠੀਕ ਆ ਤੇਰੀ ਮਤਲਬ ਹੁਣੇ ਕੰਮ ਲਗਾਤਾਰ ਹੀ ਚੱਲੂ ਹੈ ਉਹ ਕਿਵੇਂ ਦੇਖ ਅੱਜ ਆਪਾਂ ਦਾਰੂ ਦੁੱਖ 'ਚ ਪੀ ਰਹੇ ਹਾਂ ਅਤੇ ਕੱਲ੍ਹ ਤੋਂ ਕੱਲ੍ਹ ਨੂੰ ਆਪਣਾ ਕਾਰੋਬਾਰ ਸ਼ੁਰੂ ਹੋਣ ਦੀ ਖੁਸ਼ੀ 'ਚ ਪੀਆ ਕਰਾਂਗੇ ਆਪਣੇ ਬਚਪਨ ਦੇ ਯਾਰ ਸੱਤੇ ਦੇ ਗਮ ਕਾਟੀ ਤੋਂ ਵੱਧ ਹੋਰ ਕੌਣ ਸਮਝ ਸਕਦਾ ਸੀ ਸੱਤਾ ਤਾਂ ਭਾਵੇਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਟੁੱਟੇ ਖੁਆਬਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਕਾਟੀ ਲਈ ਇਹ ਸਹਿਣਾ ਸੌਖਾ ਨਹੀਂ ਸੀ ਅੰਦਰੋਂ ਬੇਚੈਨ ਹੋਇਆ ਕਾਟੀ ਕਾਟੀ ਹੈ ਇਹ ਕੀ ਕਰ ਰਿਹਾ ਹੈ
ਸੁਖਪੁਰਾ 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 ਕਰਮਪੁਰਾ ਬਰਨਾਲਾ ਆ ਜਾਓ ਬਈ ਆ ਜਾਓ ਉਹ ਆ ਜਾਓ ਬਈ ਆ ਜਾਓ ਛੇਤੀ ਆ ਜਾਓ ਸੁਖਪੁਰਾ 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 ਚੱਲਿਆ ਜਾ ਆ ਜਾਓ ਛੇਤੀ ਆ ਜਾਓ ਫਿਰ ਸੀਟ ਨਹੀਂ ਮਿਲਣੀ ਛੇਤੀ ਵਾਹ ਵੀ ਰਾਮੂ ਕਿੱਧਰ ਕੋ ਜਾਣਾ ਸ਼ਹਿਰ ਜਾਣਾ ਹੈ ਸਰਦਾਰ ਜੀ ਕਿਆ ਕਰੋਗੇ ਸ਼ਹਿਰ ਜਾ ਕੇ ਫਿਲਮ ਦੇਖੇਂਗੇ ਕੌਣ ਸੀ ਚਮੇਲੀ ਕੀ ਜਵਾਨੀ ਓਏ ਖਰਾ ਦਾ ਤੋ ਹੋ ਜਾ ਪਹਿਲੇ ਫਿਲਮ ਦੇਖਣੀ ਹੈ ਚੱਲ ਬਹਿ ਜਾ ਓਏ ਗੱਲ ਸੁਣ ਨਾਲੇ ਚੱਜ ਕੀ ਫਿਲਮ ਦੇਖਿਆ ਕਰੋ ਹੱਥ ਪਾਲੀ ਕੱਸ ਕੇ ਚੱਲ ਸੱਤ ਚੱਲ ਹੋ ਰੱਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਉੱਜ ਜੱਗ ਦੇ ਨੀ ਟਾਈਮ ਦੇਖ ਲਓ ਟੈਂਪੂ ਆ ਗਿਆ ਭਾਈ ਆ ਟੈਂਪੂ ਬਰਨਾਲੇ ਨੂੰ ਜਾਊਗਾ ਨਾ ਬੇਬੇ ਅਟਾਰੀ ਬਾਰਡਰ ਪਾਕਿਸਤਾਨ ਚੱਲੇ ਆ ਪਾਸਪੋਰਟ ਹੈਗਾ ਉਹ ਬੈਠਾ ਬੈਠਾ ਬੇਬੇ ਜਾਊਗਾ ਜੀ ਆ ਟੈਂਪੂ ਕਾਲਜ ਮੋੜ ਤੇ ਜਾਊਗਾ ਨਾ ਹੈਲੋ ਕਿੱਧਰ ਧਿਆਨ ਹੈ ਹਾਂਜੀ ਹਾਂਜੀ ਜ਼ਰੂਰ ਜਾਊਗਾ ਜੀ ਬਹਿ ਜਾਓ ਐ ਕਹਿ ਨਾ ਫਿਰ ਨਾਲੇ ਨਾ ਜੀ ਇਹ ਟੈਂਪੂ ਨਹੀਂ ਹੈਗਾ ਟਾਈਟੈਨਿਕ ਹੈ ਹੋ ਰੱਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਉੱਜ ਜੱਗ ਦੇ ਮੈਂ ਕੋਠੇ ਉੱਤੇ ਚੜਿਆ ਕਬੂਤਰ ਅੜਾਉਣ ਲਈ ਉਹ ਵੀ ਕਿਹੜੀ ਸੀ ਚੁਬਾਰੇ ਚਾ ਜੰਜ ਨੂੰ ਫੜਾਉਣ ਲਈ ਸੀ ਮੈਂ ਕੋਠੇ ਉੱਤੇ ਚੜਿਆ ਕਬੂਤਰ ਅੜਾਉਣ ਲਈ ਉਹ ਵੀ ਚੜੀ ਸੀ ਚੁਬਾਰੇ ਚਾ ਜੰਜ ਨੂੰ ਫੜਾਉਣ ਲਈ ਉਹ ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ ਉਹਨੂੰ ਹੋਰ ਬੇਬੇ ਅੱਛਾ ਬੇਬੇ ਅੱਜ ਦੀ ਕਮਾਈ ਹੈ ਨੀ ਮਾਂ ਸਦਕੇ ਮੈਂ ਕਹਿੰਦੀ ਸੁਣਦਾ ਆ ਦੇਖ ਲਾ ਮੇਰਾ ਪੁੱਤ ਕਮਾ ਕੇ ਲਿਆਇਆ ਅੱਜ ਓਏ ਠੀਕ ਹੈ ਰੌਲਾ ਕਾਹਨੂੰ ਪਾਇਆ ਤੂੰ ਹੀ ਨਾ ਕਿਤੇ ਡਾਕਾ ਪਾ ਦੀ ਦੋ ਚਾਰ ਸੌ ਰੁਪਇਆ ਫੜਾ ਕੇ ਕੰਜਰ ਤੇ ਐਂ ਬੌਂਦਲੇ ਫਿਰਦੇ ਆ ਜਿਵੇਂ ਕੋਈ ਖਜ਼ਾਨਾ ਤੇ ਆ ਗਿਆ ਹੁੰਦਾ ਤੂੰ ਨਾ ਕਦੇ ਚੱਜ ਨਾਲ ਬੋਲੀ ਮੁੰਡੇ ਨੂੰ ਹੌਸਲਾ ਦਾ ਕੀ ਦੇਣਾ ਅੱਗੇ ਤੋਂ 36 ਗੱਲਾਂ ਸੁਣਾਤੀਆਂ ਓਏ ਤੂੰ ਇੱਥੇ ਕਿਵੇਂ ਆ ਕੇ ਬਹਿ ਗਿਆ ਨਾਲੇ ਆ ਸਿਰ ਤੇ ਲੈ ਲਿਆ ਕਰ ਕੁਛ ਸਾਰਾ ਦਿਨ ਮੂੰਹ ਜਵਾਨੀ ਤੁਰਿਆ ਫਿਰਦਾ ਰਹਿੰਦਾ ਸ਼ਹਿਰ ਚੱਲਿਆ ਪੈਂਚਰ ਵਾਲਾ ਸਮਾਨ ਮੁੱਕਿਆ ਮੇਰਾ ਤੈਨੂੰ ਪਤਾ ਨਹੀਂ ਤੈਨੂੰ ਤੇ ਥੋੜੀ ਬੁੜੀ ਨੂੰ ਪੈਣਾ ਸਾਡੀ ਟਰਾਂਸਪੋਰਟ 'ਚ ਬੈਠਣਾ ਟਰਾਂਸਪੋਰਟ ਨੂੰ ਕਹਾਂ ਲਿਬੜੇ ਵਾਲਿਆਂ ਦੀ ਬੱਸ ਹੈ ਹੈਗਾ ਤਾਂ ਟੈਂਪੂ ਹੀ ਹੈ ਤੂੰ 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 ਟੈਂਪੂ ਗਿਆ ਉੱਤਰ ਥੱਲੇ ਉੱਤਰ ਚੱਲ ਨਿਕਲ ਬਾਹਰ ਸਾਲਾ ਟੈਂਪੂ ਕਹਿੰਦਾ ਉੱਤਰ ਚੱਲ ਕੋਈ ਨਾ ਪੁੱਤ ਤੁਹਾਨੂੰ ਵੀ ਲੋੜ ਪਊ ਮੇਰੇ ਤਾਈਂ ਦੁਕਾਨ ਖਸਮਾ ਪਿੰਡ ਚ ਪੈਂਚਰਾਂ ਦੀ ਹੈ ਲੜਨਾ ਨੀ ਆਪਾਂ
ਟਾਈਮ ਆਉਂਦੇ ਕੱਢ ਲਾਂਗੇ ਕੱਟਾ ਕੱਟੀ। ਟਾਈਟੈਨਿਕ ਨੂੰ ਇਹਨੇ ਟੈਂਪੂ ਕਿਹਾ, ਟੈਂਪੂ ਕੀ ਕਿਹਾ? ਟੈਂਪੂ, ਟੈਂਪੂ ਕਿਹਾ? ਹਾਂ ਮੈਂ ਦੱਸਦਾ ਇਹਨੂੰ। ਕਿਚੂ ਵੀਰੇ ਮੈਨੂੰ ਤਾਂ ਗੱਲ ਹੀ ਆ, ਪਿਛਲੇ ਕੇ ਬਹਿ ਜਾ, ਮਿਹਨਤ ਕੀਤੀ ਆ। ਹਾਂ ਹਾਂ ਫਿਰ ਠੀਕ ਆ। ਚਲਾ ਜਾ ਤੇਰਾ ਵੀ ਸਾਰੇ ਹੀ ਪਿਆ ਕਾਟੀ। ਵੈਸੇ ਬਚਨ ਬੁੜੀ ਨੇ ਇੱਕ ਕੰਮ ਚੰਗਾ ਕਰਤਾ, ਚਾਰ ਪੈਸੇ ਤਾਂ ਆਉਂਦੇ ਆ ਘਰੇ, ਪਰ ਇੱਕ ਕੰਮ ਮਾੜਾ ਵੀ ਕਰਤਾ। ਬਚਨ ਬੁੜੀ ਨਾਲੋਂ ਜ਼ਿਆਦਾ ਗੁੱਸਾ ਨਾ ਉਹਨਾਂ ਦੇ ਕੀਚੂ ਤੇ ਆ। ਰੱਬਾ ਜੇ ਕਿਤੇ ਇੱਥੇ ਅੱਜ ਮਿਲ ਜੇ ਨਾ ਉਹਦੀਆਂ ਨਾ ਖੁੱਚਾ ਕੁੱਟ। ਇੱਕ ਮਿੰਟ ਪਹਿਲਾਂ ਕਨਫਰਮ ਕਰ ਲਈ, ਜੋ ਕਰਨਾ ਛੇਤੀ ਕਰੋ। ਵੀਰੇ ਤੂੰ ਜਲੂਰ ਵਾਲੀ ਬਚਨੋ ਬੁੜੀ ਕਾ ਪੈਂਚਰ ਵਾਲਾ ਕੀਚੂ ਹੈ? ਜਲੂਰ ਵਾਲੀ ਬਚਨੋ ਬੁੜੀ ਕਾ ਪੈਂਚਰ ਵਾਲਾ ਕੀਚੂ ਹੈ? ਉਹ ਹੁਣ ਤਾਂ ਛੱਡ ਦੋ, ਹੁਣ ਤਾਂ ਜਮੇ ਹੀ ਚਾਂਸ ਨਹੀਂ। ਕੇਜੂ, ਓ ਕੇਜੂ ਕਿੱਥੇ ਗਵਾਚਿਆ ਫਿਰਦਾ? ਆ ਪੈਗ ਲਾਲਾ ਤੁਹਾਨੂੰ ਬਈ ਹੱਥ ਆਈ ਜਾਂਦਾ, ਉਹ ਮੈਨੂੰ ਪੂਰਾ ਡਰੈਸ ਪੁੱਛ ਕੇ ਕੁੱਟ ਕੇ ਗਏ ਆ। ਉਹ ਤਾਂ ਇੱਥੇ ਬੈਠੇ ਆ, ਅਸੀਂ ਤਾਂ ਕਿਸੇ ਨੂੰ ਨੀ ਦੇਖਿਆ। ਹੋਰ ਕੀ ਪੈਂਚਰ ਦਾ ਕੱਟ ਪਿਆ ਕਰ, ਚੜ ਜਾਂਦੀ ਐ ਤੈਨੂੰ, ਸਾਲਾ ਨਾ ਹੋਵੇ ਤਾਂ ਹੋਸ਼ ਨੀ ਰਹਿੰਦੀ। ਫਿਰ ਬਾਲਾ ਹੀ ਕੁੱਟ ਕੇ ਗਏ ਆ ਬਈ। ਜਾਬਾ ਜਗਾ ਨੂੰ ਆਰਾਮ ਕਰ ਲੈ, ਜਾ ਕੇ ਫੜ ਗਲਾਸ ਰੱਖ ਜਾਣਾ। ਸਾਲਾ ਦੇ ਇੱਕ ਹੋਰ ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ, ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ। ਔਰ ਤਕੜੀਆਂ ਤਾਈ, ਆ ਕੀ ਜੂ ਕਿਵੇਂ ਬਾਂਝੀ ਬੰਨੀ ਫਿਰਦਾ? ਬਾਈ ਪੁੱਛਣਾ, ਆ ਲੋਕੀ ਤਾਂ ਜਮੇ ਨੀ ਜਰਦੇ ਕਮਾਉਂਦਿਆਂ ਨੂੰ ਦੇਖ ਕੇ। ਆ ਪਤਾ ਨੀ ਕੀ ਨੇ, ਗੁਰਦੁਆਰੇ ਕੋਲੇ ਕੁਛ ਬੰਦਿਆਂ ਨੇ ਮੇਰੀ ਰਾਤ ਚ ਹਾਰਟ ਅਟੈਕ ਕਰਤਾ ਮੇਰੇ ਕੀਚੂ ਤੇ। ਗੁਰਦੁਆਰੇ ਕੋਲੇ ਹੈ ਕੀਚੂ? ਗੁਰਦੁਆਰੇ ਕੋਲੇ ਹੋਰ ਠੇਕੇ ਕੋਲੇ? ਊਂ ਤਾਂ ਇੱਕ ਗੱਲ ਸੱਚ ਕਹੀ ਹੈ ਸਿਆਣੇ ਨੇ,
ਨੇਰੀ ਰਾਤ ਤੇ ਬਗਾਨੀ ਬਰਾਚ ਛੱਤਰ ਕਦਰੋਂ ਪੈਣ ਕੁਝ ਨਹੀਂ ਪਤਾ ਲੱਗਦਾ ਕਿ ਨਹੀਂ ਤੇ ਵੇ ਜਾ ਜਾਣਦੀ ਆ ਮੈਂ ਤੈਨੂੰ ਵੀ ਸਾਰਾ ਪਿੰਡ ਲੱਗਦਾ ਮੇਰੇ ਕੀਚੀ ਤੇ ਲੋੜਿਆਂ ਦੇ ਪੈਸੇ ਜੋ ਕਮਾਉਂਦਾ ਹੈ ਢਾਈ ਸੌ ਜੇਬ ਚ ਪਾ ਕੇ ਮੁੜਦਾ ਹੱਥਾਂ ਨੂੰ ਨਸ਼ਾ ਨੀ ਪਤਾ ਨੀ ਕਰਦਾ ਐ ਤਾਂ ਹੀ ਲੋੜਿਆਂ ਦੇ ਪੈਸੇ ਤਾਂ ਅਸੀਂ ਵੀ ਕਮਾਉਣ ਲੱਗ ਗਏ ਹੁਣ ਦੋ ਤਿੰਨ ਸੌ ਜੇਬ ਚ ਪਾ ਕੇ ਮੁੜੀਦਾ ਹੱਥਾਂ ਨੂੰ ਜਿੱਥੋਂ ਤੱਕ ਨਸ਼ੇ ਪੱਤੇ ਦੀ ਗੱਲ ਹੈ ਥੱਕ ਧੁੱਕ ਜਾਈਦਾ ਹੱਥ ਨੇ ਪੈਗ ਲਾ ਲਈਦਾ ਫਾਟਕਾਂ ਦੇ ਠੇਕੇ ਤੇ ਪੁੱਛ ਲਓ ਕੀ ਚੂਨੂੰ ਕਿਉਂ ਕੀ ਚੂ ਬੇਬੇ ਆਪਾਂ ਨਾ ਘਰ ਚੱਲੀਏ ਮੇਰਾ ਗੁੱਟ ਦੁਖੀ ਜਾਂਦਾ ਚੱਲ ਮੇਰਾ ਪੁੱਤ ਲੋਕਾਂ ਦਾ ਕੀ ਹੈ ਇਹ ਤਾਂ ਬੋਲਦੇ ਹੀ ਰਹਿੰਦੇ ਆਹੋ ਨਾ ਇੰਜੀਨੀਅਰ ਤਾਂ ਇੱਕ ਹੀ ਹੈ ਪਿੰਡ 'ਚ ਉਹ ਕੀ ਚੂ ਇੱਥੇ ਇੱਥੇ ਬੈਠੂ ਮੇਰੀ ਮਿੱਠੋ ਇੱਥੇ ਲੱਗਦਾ ਮਿੱਠੋ ਦੇ ਸੀਟ ਨਾ ਪਾੜਦੀ ਤੂੰ ਗੱਲ ਇਹ ਤੇਰੀ ਨਹੀਂ ਬਣਦੀ ਗੁੱਸੇ ਤੋਂ ਮੇਰੇ 'ਤੇ ਹੋ ਰਿਹਾ ਦੇਖ ਜੇ ਤੂੰ ਕਹਿੰਦਾ ਕਰਾਂਗਾ ਨਾ ਐਂ ਕਾਟੀ ਕੋਈ ਇਹ ਡੰਗਰ ਵੱਛਾਂ ਦੇ ਸੌਦੇ ਨੇ ਇਹ ਤਾਂ ਦਿਲਾਂ ਦੇ ਮਾਮਲੇ ਨੇ ਦਿਲਾਂ ਦੇ ਉਹ ਰਹਿਣ ਦੇ ਯਾਰ ਉਹ ਮੁੰਜੇ ਬਾਲਾ ਕਹਿੰਦਾ ਦਾ ਨੰਬਰ ਦਵਾ ਦੇ ਯਾਰ ਸੱਚੀ ਹਾਂ ਲੈ ਫਿਰ ਕੱਲ੍ਹ ਤੱਕ ਤਾਂ ਉਹਦਾ ਨੰਬਰ ਆਇਆ ਲੈ ਤੇਰੇ ਫੋਨ 'ਚ ਤਾਂ ਚੱਲੀਏ ਭਾਬੀ 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 ਮੈਂ ਕਾਲਜ ਦੀ ਫੀਸ ਭਰਨੀ ਆ ਵੈਸੇ ਤਾਂ ਵੀਰਾ ਪਿਆ ਬਾਹਰ ਲਵਾਂ ਪਰ ਕਹਾਂ ਕਿਵੇਂ ਇੱਕ ਮਿੰਟ ਰੁਕ ਆਲੇ ਫੜ ਪੈਸੇ ਤੇ ਜਾ ਕੇ ਆਪਣੀ ਫੀਸ ਜਮ੍ਹਾਂ ਕਰਾ ਦੇ ਭਾਬੀ ਤੂੰ ਕਿੰਨੀ ਚੰਗੀ ਹੈ ਕਿ ਤੂੰ ਤੈਨੂੰ ਮੇਰੀ ਨਜ਼ਰ ਨਾ ਲੱਗ ਜਾਏ ਕਮਲੀ ਆਪਣਿਆਂ ਦੀ ਵੀ ਕਦੇ ਨਜ਼ਰ ਲੱਗਦੀ ਹੁੰਦੀ ਹੈ ਭਾਬੀ ਵੈਸੇ ਤਾਂ ਤੂੰ ਇਸ ਘਰ ਵਿੱਚ ਵਿਆਹ ਕੇ ਆਈ ਹੈ ਪਰ ਫਿਰ ਵੀ ਤੂੰ ਮੇਰਾ ਕਿੰਨਾ ਕਰਦੀ ਹੈ ਜਿਵੇਂ ਇਹ ਘਰ ਮੇਰਾ ਬਣ ਗਿਆ ਨਾ ਉਵੇਂ ਤੇਰਾ ਵੀ ਇੱਕ ਦਿਨ ਘਰ ਬਣ ਜਾਊ ਤੇ ਤੇਰਾ ਸੁਪਨਿਆਂ ਦਾ ਰਾਜਕੁਮਾਰ ਤੈਨੂੰ ਤੇਰੇ ਆਪਣੇ ਘਰੇ ਲੈ ਜਾਊਗਾ ਪਰ ਭਾਬੀ ਮੇਰਾ ਰਾਜਕੁਮਾਰ ਆਊਗਾ ਕਾਹਦੇ ਤੇ ਘੋੜੇ ਤੇ ਕਮਲੀ ਨਾ ਹੋਵੇ ਤਾਂ ਘੋੜੇ ਤੇ ਨਾ ਸਹੀ ਤੇ ਘਰ ਤੇ ਆ ਜਾਊ ਆ ਲਓ ਫੜ ਕੱਟ ਲਾਂ ਆ ਲਓ ਜੀ ਮੈਂ ਕਿਰਾਇਆ ਕੱਟਣ ਨੂੰ ਕਿਹਾ ਖੁੱਲ੍ਹੇ ਪੈਸੇ ਨਹੀਂ ਮੰਗੇ ਓ ਵੱਧ ਮੁੜ ਗਿਆ ਜੀ ਗਲਤੀ ਨਾਲ ਲਿਆਓ ਵਾਪਸ ਕਰ ਦਿਓ ਆ ਫੋਨ ਤੁਹਾਡਾ ਜੀ ਨਹੀਂ ਸਾਡੇ ਗਵਾਂਢੀਆਂ ਦਾ ਮੰਗ ਕੇ ਲਿਆਂਦਾ ਸੀ ਮੇਰੇ ਕੋਲ ਹੈ ਤੇ ਮੇਰਾ ਹੀ ਹੋਊ ਅਸਲ 'ਚ ਗੱਲ ਇਹ ਹੈ ਜੀ ਕਿ ਮੇਰੇ ਫੋਨ ਦੀ ਨਾ ਬੈਟਰੀ ਮੁੱਕ ਗਈ ਅਤੇ ਮੈਂ ਬਹੁਤ ਜ਼ਰੂਰੀ ਕਾਲ ਕਰਨੀ ਸੀ ਮਿਲ ਸਕਦਾ ਮੈਨੂੰ ਫੋਨ ਥੈਂਕਸ ਜੀ ਲਓ ਚੱਕਿਆ ਨਹੀਂ ਜੀ ਕਿਉਂ ਮਿਲ ਗਿਆ ਨੰਬਰ
ਚੜ੍ਹ ਜਾਓ ਵੀ ਚੜ੍ਹ ਜਾਓ। ਚੱਲ ਸੱਤੇ। ਉਹ ਯਾਰ ਬਾਈ ਯਾਰ, ਦੇਖੀ ਅੰਗਰੇਜ਼ ਨੇ ਕਿੱਥੇ ਜਾਣਾ ਯਾਰ, ਪਤਾ ਨਹੀਂ ਕੀ ਘਾਟੇ ਮਾਡੇ ਬੋਲੀ ਜਾਂਦਾ ਯਾਰ, ਅਤੇ ਮੈਨੂੰ ਸਮਝ ਨਹੀਂ ਲੱਗਦੀ ਇਹਨੂੰ ਸਮਾਰ ਕੇ ਪੁੱਛੇ ਨੇ ਜਾਣਾ ਕਿੱਥੇ ਆ। ਹਾਏ ਬਾਡੀ। ਯੈਸ ਸਰ, ਵਾਟ ਐਡਰੈਸ ਯੂ ਆਰ ਲੁਕਿੰਗ ਫੋਰ? ਐਕਚੁਲੀ ਬਾਡੀ, ਆਈ ਐਮ ਟ੍ਰਾਇੰਗ ਟੂ ਟੈਲ ਹਿਮ ਦੈਟ ਆਈ ਵਾਂਟ ਟੂ ਗੋ ਟੂ ਸ਼ਾਪਿੰਗ ਮਾਲ ਐਂਡ ਦੈਨ ਏਅਰਫੋਰਸ ਸਟੇਸ਼ਨ। ਇਹਨੂੰ ਨਾ ਪਹਿਲਾਂ ਬਾਜਾ ਖਾਨਾ ਰੋਡ ਵਾਲੇ ਮਾਲ 'ਚ ਲੈ ਜੀ, ਉਦੋਂ ਬਾਅਦ ਠਿਕਰੀ ਵਾਲ ਏਅਰਫੋਰਸ ਸਟੇਸ਼ਨ ਛੱਡ ਦੀ। ਠੀਕ ਹੈ ਯਾਰ। ਹੀ ਵਿਲ ਟੇਕ ਯੂ ਟੂ ਦ ਮਾਲ ਫਸਟ, ਓਕੇ, ਦੈਨ ਡਰੋਪ ਯੂ ਔਨ ਦ ਏਅਰਫੋਰਸ ਸਟੇਸ਼ਨ। ਯਾ ਯਾ, ਓਕੇ, ਥੈਂਕ ਯੂ, ਥੈਂਕਸ ਬੜੀ। ਯੂ ਆਰ ਵੈਲਕਮ ਸਰ, ਬਾਏ ਬਾਏ। ਸੂਫੀ ਜੀ, ਹੁਣ ਤਾਂ ਜੀ ਮੈਂ ਬੀ ਟੈਕ ਕੀਤੀ ਹੋਈ ਆ, ਇਹ ਤਾਂ ਬਸ ਮਜਬੂਰੀ ਜੀ ਹੈ। ਹੈਲੋ ਹੈਲੋ, ਹਾਏ ਰੱਬਾ, ਕਿਵੇਂ ਗੱਲ ਕਰਾਂ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੈਂ ਕੀ ਲਾਈਏ, ਨਾਮ ਹੀ ਦੱਸ ਹੁੰਦਾ ਆਪਣਾ। ਹੈਲੋ 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 ਹੈਲੋ, ਆਵਾਜ਼ ਨਹੀਂ ਆ ਰਹੀ ਜੀ, ਮੈਂ ਕੱਲ ਨੂੰ ਫੋਨ ਕਰਦਾ ਫਿਰ। ਹੈਲੋ, ਕਾਟੀ ਚੱਲ ਆ ਗਿਆ, ਚਾਹ ਡੁੱਬ ਗਿਆ। ਐਂ ਕਿਵੇਂ ਡੁੱਬ ਗਿਆ, ਕਾਹ 'ਚ ਡੁੱਬ ਗਿਆ, ਛੱਪੜ 'ਚ? ਉਹ ਯਾਰ ਸੱਤੇ, ਆ ਕੋਈ ਤਰੀਕਾ ਹੁੰਦਾ ਉਠਾਉਣ ਦਾ ਯਾਰ? ਨਾਲ ਤੈਨੂੰ ਕਿੰਨੀ ਵਾਰੀ ਕਿਹਾ, ਸਰਸਵਤੀ ਬੈਠੀ ਹੁੰਦੀ ਆ ਜੀਭ 'ਤੇ, ਸੋਚ ਸਮਝ ਕੇ ਬੋਲਿਆ ਕਰ। ਉਦੋਂ ਬੈਠੀ ਹੋਊਗੀ, ਹੁਣ ਹਰ ਵਾਰੀ ਨਹੀਂ ਬੈਠੀ, ਸਮਝ ਗਿਆ? ਗੱਲ ਸੁਣ। ਹਾਂ ਯਾਰ, ਮੈਨੂੰ ਤਾਂ ਸੁਖੀ ਬਾਹਲੀ ਕੱਬੀ ਲੱਗਦੀ ਯਾਰ। ਤੂੰ ਠੀਕ ਤਾਂ ਹੈ? ਕੁੜੀਆਂ ਵੀ ਕਦੇ ਕੱਬੀਆਂ ਹੁੰਦੀਆਂ ਨੇ। ਯਾਰ ਮੈਂ ਉਹਨੂੰ ਫੋਨ ਕੀਤਾ ਸੀ, ਜਦੋਂ ਮੈਂ ਗੱਲ ਕਰਦਾ ਸੀ ਨਾ, ਫੋਨ ਵੀ ਸੇਕ ਮਾਰਦਾ ਸੀ। ਅੱਛਾ, ਹਾਂ ਫਿਰ ਕੋਈ ਹੋਰ ਲੱਭੀਏ, ਕੋਈ ਹੋਰ ਲੱਭੀਏ, ਦਿਲ ਤਾਂ ਮੇਰਾ ਇਹ ਲੈ ਕੇ ਹੋਰ ਨੂੰ ਅੰਬ ਦੇਊਂਗਾ ਮੈਂ। ਯਾਰ ਫਿਰ ਤਾਂ ਇੱਕ ਰਸਤਾ ਹੈਗਾ, ਮਿੱਠੋ ਦੀ ਸਿਫਾਰਿਸ਼ ਪਵਾਉਣੀ ਪਊ। ਕਾਟੀ, ਇਹ ਕੋਈ ਸਰਕਾਰੀ ਦਫ਼ਤਰ ਦਾ ਕੰਮ ਨਹੀਂ ਹੈਗਾ ਵੀ ਸਿਫਾਰਿਸ਼ ਪਾਉਣੀ ਪਊਗੀ, ਇਹ ਦਿਲਾਂ ਦੇ ਮਾਮਲੇ ਆ, ਦਿਲਾਂ ਦੇ। ਅੱਛਾ ਹਾਂ, ਚੱਲ ਠੀਕ ਆ ਫਿਰ। ਉਹ ਗੱਲ ਤਾਂ ਸੁਣ ਮੇਰੀ, ਹਾਂ ਸਿਫਾਰਿਸ਼ ਪਾਉਣੀ ਪੈ ਵੀ ਸਕਦੀ ਹੈ, ਪਰ ਆਪਾਂ ਇੱਕ ਕੰਮ ਕਰਦੇ ਹਾਂ, ਕੱਲ੍ਹ ਨੂੰ ਮਾਹੌਲ ਦੇਖਦੇ ਕੀ ਬਣਦਾ, ਫਿਰ ਦੇਖਾਂਗੇ। ਠੀਕ ਆ, ਠੀਕ ਆ, ਚੱਲ ਜਾ ਸੌਂ ਦੇ, ਚੱਲ ਠੀਕ ਆ, ਸੌਂ ਜਾ, ਕੱਲ੍ਹ ਨੂੰ ਮਿਲਦੇ ਹਾਂ। ਆਹੋ ਪਤਾ ਨਹੀਂ, ਮਤਲਬ ਜਿਹੜੇ ਆਪਣੇ ਇਹ ਵਾਲੇ ਸ਼ਡਿਊਲ, ਇਹ ਸ਼ਡਿਊਲ ਜ਼ਿਆਦਾ ਨਹੀਂ ਲੱਗ ਰਿਹਾ, ਹੈ ਨਾ? ਹਾਂ, ਹੈ ਨਾ? ਆਹ ਕੰਮ ਉੱਥੇ ਹੀ ਕਰ ਲਾਂਗੇ। ਚੱਲ ਟੈਂਪੂ ਆ ਗਿਆ।
ਅੱਜ ਜੇ ਛੇਤੀ ਵਜੇ ਪਹਿਲੇ ਲੇਟ ਆ। ਬਹਿ ਜਾਓ ਬਹਿ ਜਾਓ। ਅੱਛਾ ਮਿੱਠੂ, ਚੱਲ ਵੀ ਚੱਲ। ਮਿੱਠੂ ਕੀ ਗੱਲ, ਅੱਜ ਕਿਵੇਂ ਲੇਟ ਹੋ ਗਿਆ ਟਾਈਟੈਨਿਕ? ਪੁੱਛੋ ਨਾ ਜੀ, ਰਾਤ ਕੁੜੀ ਨੇ ਸੌਣ ਨਹੀਂ ਦਿੱਤਾ। ਕੀ, ਕੁੜੀ ਨੇ ਸੌਣ ਨਹੀਂ ਦਿੱਤਾ? ਹਾਂ ਜੀ, ਪਹਿਲਾਂ ਤਾਂ ਕਾਲ ਕਰਕੇ ਬੋਲੀ ਨਹੀਂ, ਜਦੋਂ ਬੋਲੀ ਸਤਿ ਸ਼੍ਰੀ ਅਕਾਲ ਜੀ ਬੁਲਾ ਕੇ ਕਹਿੰਦੀ ਤੁਹਾਡੀ ਆਵਾਜ਼ ਨਹੀਂ ਆਉਂਦੀ, ਕੱਲ੍ਹ ਨੂੰ ਕਰੂੰਗੀ, ਕਹਿ ਕੇ ਕੱਟ ਗਈ। ਲੈ ਦੱਸੋ, ਇਹ ਤਾਂ ਸੇਮ ਰਾਤ ਮੇਰੇ ਨਾਲ ਵੀ ਹੋਇਆ ਸੀ, ਪਰ ਮੈਨੂੰ ਫੋਨ ਕਰਨ ਵਾਲਾ ਤਾਂ ਮੁੰਡਾ ਸੀ। ਅੱਛਾ ਜੀ। ਹਾਂ ਜੀ। ਕਮਾਲ ਹੈ ਜੀ, ਫਿਰ ਤਾਂ ਸਾਡੇ ਸੰਜੋਗ ਬਾਹਲੇ ਹੀ ਮਿਲਦੇ ਆ। ਕੀ ਕਿਹਾ? ਨਹੀਂ ਜੀ ਕੁਛ ਨਹੀਂ ਕੁਛ ਨਹੀਂ, ਮੈਂ ਤਾਂ ਕਾਟੀ ਬਾਰੇ ਗੱਲ ਕਰਦਾ ਸੀ। ਚੰਗਾ। ਕਾਟੀ ਓਏ, ਕਰ ਕੋਈ ਹਿੱਲਾ ਯਾਰ ਮੇਰਾ, ਮੈਨੂੰ ਤਾਂ ਬੜਾ ਸੱਚਾ ਪਿਆਰ ਜਿਹਾ ਹੋਈ ਜਾਂਦਾ ਉਹਦੇ ਨਾਲ। ਅੱਛਾ, ਮੈਂ ਤਾਂ ਕਰਦਾ ਪਿਚੋਲਗਰੀ ਲਈ ਤਿਆਰ ਹਾਂ, ਜੇ ਕਹਿ ਤਾਂ ਕਰਾਂ ਮਿੱਠੂ ਨਾਲ ਗੱਲ। ਆ ਕੀ ਹੋ ਗਿਆ? ਪੈਂਚਰ ਹੋ ਗਿਆ। ਵੀਰੇ ਕੀਚੂ, ਜਿਹੜੇ ਹਿਸਾਬ ਨਾਲ ਤੂੰ ਟੂਪ ਰੇਤੀ ਜਾਂਦਾ ਨਾ, ਟੂਪ ਦਾ ਕੀ ਚਨਾ ਕਰਦੀ। ਵੀਰੇ ਮਨ ਜਾ ਯਾਰ, ਲਾ ਦੇ ਪੈਂਚਰ, ਇੱਕ ਇੱਕ ਤਾਂ ਦੁਕਾਨ ਹੈ ਪੂਰੇ ਪਿੰਡ 'ਚ। ਹੈਂ ਕੀਚੂ ਵੀਰੇ, ਡਾਕਟਰਾਂ ਵਾਂਗ ਤੇਰਾ ਫਰਜ਼ ਨਹੀਂ ਬਣਦਾ, ਸਾਰੇ ਭੇਦਭਾਵ ਭੁਲਾ ਕੇ, ਸਾਰੀ ਦੁਸ਼ਮਣੀ ਭੁਲਾ ਕੇ ਆਪਣਾ ਫਰਜ਼ ਨਿਭਾਵੇਂ ਤੇ ਪੈਂਚਰ ਲਾਵੇਂ। ਹੈਂ ਹੈਂ ਕਰੇ ਮੰਨ ਗਿਆ। ਓਏ ਛੋਟੂ, ਲਿਆ ਪਾਨਾ ਤੇ ਜੈਕ, ਟੈਂਪੂ ਪੈਂਚਰ ਹੋ ਗਿਆ। ਪਿੰਡ ਦੀਆਂ ਸਵਾਰੀਆਂ ਡੀਕਦੀਆਂ ਹੋਣਗੀਆਂ ਟੈਂਪੂ ਨੂੰ, ਇੱਕੋ ਇੱਕ ਤਾਂ ਟੈਂਪੂ ਆਪਣੇ ਪਿੰਡ 'ਚ, ਟੈਂਪੂ ਵਾਲੇ ਬਾਈ ਵੀ ਵਿਹਲੇ ਹੀ ਖੜੇ ਆ। ਛੇਤੀ ਕਰ, ਕਰੀਏ ਕੀ ਚਾ ਟੈਂਪੂ ਦਾ। ਓਏ ਓਏ ਕਿੱਧਰ ਜਾਂਦਾ ਤੂੰ, ਕੀ ਕਹਿੰਦਾ ਸੀ ਤੂੰ? ਮਿੱਠੂ ਨਾਲ ਗੱਲ ਕਰਨੀ ਆ? ਆ ਦੇਖ, ਆ ਜਾ ਗੱਲ ਕਰੀ ਮਿੱਠੂ ਨਾਲ, ਲਾਉਣਾ ਮੈਂ ਫੋਨ ਮਿੱਠੂ ਨੂੰ। ਅਜਾ ਆ ਜਾ ਆ ਜਾ ਆ ਜਾ ਆ ਦੇਖ, ਲੱਗ ਗਿਆ ਫੋਨ ਮਿੱਠੂ ਨੂੰ, ਰਿੰਗ ਜਾ ਰਹੀ ਆ। ਹੈਲੋ ਮਿੱਠੂ ਜੀ। ਹਾਂ ਕਾਟੀ ਜੀ। ਅੱਛਾ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ। ਹਾਂਜੀ ਹਾਂਜੀ, ਦੋ ਪੁੱਛੋ। ਆ ਜਿਹੜੀ ਉਹ ਤੁਹਾਡੀ ਸਹੇਲੀ ਨੀ ਸੂਫੀ, ਉਹਦੀ ਕਿਸੇ ਨਾਲ ਗੱਲਬਾਤ ਤਾਂ ਨਹੀਂ? ਗੱਲਬਾਤ ਮਤਲਬ? ਗੱਲਬਾਤ ਮਤਲਬ ਜਿਵੇਂ ਆਪਣੀ ਆ। ਅੱਛਾ, ਕਿਉਂ, ਤੈਂ ਕੀ ਲੈਣਾ? ਲੈ ਹੈ ਦੱਸ। ਮੈਂ ਕੀ ਲੈਣਾ, ਮੈਂ ਤਾਂ ਹੀ ਪੁੱਛਦਾ ਸੀ ਆਪਣਾ ਸੱਤਾ ਬਈ ਜਿਹੜਾ। ਨਾਲੇ ਬਾਈ ਮੈਂ ਤੇਰਾ, ਉਹਦਾ ਨਹੀਂ। ਹਾਂ ਉਹਨੂੰ ਦੱਸਣਾ ਸੀ ਮੈਂ। ਵੈਸੇ ਇੱਕ ਗੱਲ ਦੱਸਾਂ, ਮੇਰੀ ਸਹੇਲੀ ਦਾ ਹਾਲ ਵੀ ਨਾ ਤੇਰੇ ਬਾਈ ਨਾਲ ਦਾ ਹੀ ਹੋਇਆ ਪਿਆ। ਲੈ ਸੌਂ ਖਾ। ਲੈ ਸੱਚੀ ਸੌਂ ਲੱਗੇ? ਕੀ ਕੀ ਉਧਰ ਵੀ ਆਈ ਹਾਲ ਆ ਬਾਈ? ਲੈ ਸੌਂ ਖਾ। ਪਾਰਟੀ ਹੋ ਗਈ ਪਾਰਟੀ। ਪੈਂਚਰ ਲਾਤਾ ਟੈਂਪੂ ਦਾ, ਟੈਂਪੂ ਤਿਆਰ ਹੈ,
₹30 ਦੇ ਜੋ, ਗੁੱਸਾ ਨਹੀਂ ਤੇ ਟੈਂਪੂ ਲੈ ਜੋ। ਨਾ 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 ਨਾ, ਚਮੇ ਹੀ ਗੁੱਸਾ ਨਹੀਂ, ਚਮੇ ਹੀ ਨਹੀਂ। ਸੂਫੀ ਨਾਲ ਤੇਰਾ ਪੱਕਾ ਪੈਂਚਰ ਲਵਾਉਣ ਲਈ ਇਹਦੀ ਬੀਬੇ ਕੋਲ ਵੀ ਜਾਣਾ ਪੈਣਾ, ਸਮਝਿਆ? ਸਹੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੁੰਡੇ ਦਾ ਪਤਾ ਲੱਗ ਗਿਆ ਜਿਹੜਾ ਤੁਹਾਨੂੰ ਫੋਨ ਕਰਤਾ ਸੀ। ਅੱਛਾ, ਕੌਣ ਸੀ ਉਹ? ਮੈਂ ਹੁਣੀ ਤੁਹਾਡੀ ਗੱਲ ਕਰਾਂ। ਅੱਜ ਤਾਂ ਪ੍ਰਿੰਟ ਬਣੀ ਫਿਰਦੀ ਹੈ, ਆਹ ਸੂਟ 'ਚ ਬਹੁਤ ਸੋਹਣੀ ਲੱਗਦੀ ਹੈ ਤੂੰ। ਲੈ ਫੋਨ ਫੜਾ, ਫੋਟੋ ਕਰੀ ਆਪਾਂ। ਹੈਲੋ। ਹੈਲੋ, ਤੁਸੀਂ? ਹਾਂਜੀ, ਮੈਂ ਪਿਆਰ ਕਰਦਾ। ਮੈਂ ਸੁਣੀ ਐ ਕਰ। ਜਾਨ ਨਾਲੋਂ ਵੱਧ ਤੈਨੂੰ ਕਰਾਂ ਮੈਂ ਪਿਆਰ, ਸਾਹਾਂ ਵਿੱਚ ਸਾਹ ਮੈਂ ਵੀ ਦੇਣੇ ਨੇ ਗੁਜ਼ਾਰ। ਜਾਨ ਨਾਲੋਂ ਵੱਧ ਤੈਨੂੰ ਕਰਾਂ ਮੈਂ ਪਿਆਰ, ਸਾਹਾਂ ਵਿੱਚ ਸਾਹ ਮੈਂ ਵੀ ਦੇਣੇ ਨੇ ਗੁਜ਼ਾਰ। ਤੈਨੂੰ ਦਿਲ ਤੋਂ ਮੈਂ ਚਾਹਵਾਂ, ਮੰਗਾਂ ਤੇਰੇ ਲਈ ਦੁਆਵਾਂ। ਸੋਹਣੀਏ ਜਾਨ ਨਾਲੋਂ ਵੱਧ ਤੈਨੂੰ ਕਰਾਂ ਮੈਂ ਪਿਆਰ, ਸਾਹਾਂ ਵਿੱਚ ਸਾਹ ਮੈਂ ਵੀ ਦੇਣੇ ਨੇ ਗੁਜ਼ਾਰ। ਤੇਰਾ ਮੇਰਾ ਸਾਥ ਜਿਵੇਂ ਚੰਨ ਨਾਲ ਰਾਤ, ਸੋਹਣੀ ਚੰਨ ਨਾਲ ਰਾਤ, ਸੋਹਣੀਆਂ ਵੀ ਪਿਆਰਾਂ ਵਾਲੀ ਪਾਈਏ ਆਪਾਂ ਬਾਹਰ। ਦਿਲ ਉੱਡ ਉੱਡ ਮੇਰਾ ਜਾਵੇ, ਹਰ ਜਨਮ ਚ ਤੈਨੂੰ ਚਾਵੇ। ਮੇਰਾ ਵੀ ਤਾਂ ਵਸੇ ਤੇਰੇ ਨਾਲ ਸੰਸਾਰ, ਜਾਨ ਨਾਲੋਂ ਵੱਧ ਤੈਨੂੰ ਕਰਾਂ ਮੈਂ ਪਿਆਰ, ਸਾਹਾਂ ਵਿੱਚ ਸਾਹ ਮੈਂ ਵੀ। ਫਿਕਰ ਨਾ ਕਰੀ ਸੂਫੀ, ਮੈਂ ਤਾਈ ਬਚਨੋ ਨੂੰ ਮਨਾ ਲਿਆ। ਬੇਬੇ ਬਾਪੂ ਨਾਲ ਕੱਲ੍ਹ ਤੇਰੇ ਘਰ ਆ ਰਹੇ ਹਾਂ ਰਿਸ਼ਤਾ ਲੈ ਕੇ।
ਹੱਥ ਦੇ ਕੋੜ ਕਿਲੇ ਸ਼ਤੀਰਾਂ ਨੂੰ ਜੱਫੇ। ਬੇਬੇ, ਬੀਬੀ ਬਚਨੋ ਦੇ ਮੂੰਹ ਨੂੰ ਜੇ ਆਈ ਗਏ ਤਾਂ ਕਰਿਓ ਜਾ ਕੇ ਗੱਲ। ਸਾਡਾ ਵੀ ਤਾਂ ਰਿਸ਼ਤਾ ਉਹਨਾਂ ਨੇ ਕਰਾਇਆ ਸੀ, ਨਾਲੇ ਬੀਬੀ ਟੈਂਪੂ ਚਲਾਉਣ ਵਾਲੇ ਦਾ ਰਿਸ਼ਤਾ ਆਇਆ, ਕਿਹੜਾ ਕਿਸੇ ਡੀਸੀ ਦਾ ਆਇਆ। ਪਰ ਬੀਬੀ ਸੋਚਣ ਵਾਲੀ ਗੱਲ ਨਹੀਂ ਹੈਗੀ ਵੀ ਸਾਡੀ ਕੁੜੀ ਤਾਂ ਸੋਹਣੀ ਸੁਨੱਖੀ ਆ, ਕਿਸੇ ਚੰਗੇ ਘਰ ਦਾ ਰਿਸ਼ਤਾ ਆਜੂ ਉਹਨੂੰ ਤਾਂ। ਚੁੱਪ ਕਰਨੀ ਤੂੰ, ਆਜੂਗਾ ਚੰਗੇ ਘਰ ਦਾ ਰਿਸ਼ਤਾ ਇਹਨੂੰ ਵੱਡੇ ਰਕਾਨ ਨੂੰ। ਨਾ ਚੰਗੇ ਘਰ ਵਾਸਤੇ ਚਾਰ ਛਿੱਲੜ ਚਾਹੀਦੇ ਵੀ ਆ, ਟੈਂਪੂ ਵਾਲਿਆਂ ਦੇ ਨਹੀਂ, ਤੇ ਹੋਰ ਉਹਨੂੰ ਡੀਸੀ ਦਾ ਸਾਕ ਆਊਗਾ। ਮਾਰਦੀ ਹੈ ਗੱਲਾਂ, ਜਾ ਕੇ ਤਿਆਰ ਕਰਕੇ ਲਿਆ ਉਹਨੂੰ। ਵੱਢਦੀ ਹੈ ਫਾਇਦਾ ਮੈਂ। ਚਲ ਚਲੀ ਹੁਣ ਆਪਾਂ ਚਾਹ ਲੈ ਕੇ ਜਾਈਏ। ਵੇਖੋ ਜੀ, ਬੇਸ਼ੱਕ ਮੈਂ ਮਤਰੇਈ ਮਾਂ ਸੂਫੀ ਦੀ, ਪਰ ਮੈਂ ਲਾਡਾ ਨਾ ਪਾਲੀ ਆਪਣੀ ਧੀ। ਆ ਮੇਰਾ ਕਰਮਾ ਪੁੱਤ ਤਾਂ ਡੁਬੜੀ ਨੂੰ ਬਾਹਲਾ ਹੀ ਪਿਆਰ ਕਰਦਾ, ਸਕਿਆਂ ਤੋਂ ਵੀ ਵੱਧ। ਤੇ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਸਾਨੂੰ ਸਾਊ ਮੁੰਡਾ ਮਿਲ ਜਾਵੇ। ਰੋਟੀ ਦਾ ਕੀ ਆ, ਆਪਣੇ ਖਾਣ ਜੋਗੀ ਤਾਂ ਹਰ ਕੋਈ ਕਮਾ ਹੀ ਲੈਂਦਾ। ਆਜਾ ਆਜਾ ਸੂਫੀ। ਦੇਖੋ ਭੈਣ ਜੀ, ਤੁਹਾਨੂੰ ਤਾਂ ਪਤਾ ਹੀ ਹੈ ਪਹਿਲਾ ਰਿਸ਼ਤਾ ਵੀ ਮੈਂ ਹੀ ਕਰਾਇਆ। ਆ ਦੇਖ ਲਓ ਨੂਰਾਣੀ, ਤੁਸੀਂ ਬਾਹਲਾ ਸੰਸਾ ਨਾ ਕਰੋ, ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲਾ ਹੀ ਕਮਾਊ ਆ। ਆ ਹੁਣ ਮੇਰੇ ਕੀਜੂ ਪੁੱਤ ਨੂੰ ਦੇਖ ਲਓ। ਤਾਈ ਚਾਹ ਚੱਕੋ, ਚਾਹ ਪਹਿਲਾਂ। ਤੁਸੀਂ ਕੁੜੀ ਦੀ ਨਾ ਜਮਾ ਹੀ ਫਿਕਰ ਨਾ ਕਰੋ, ਮੁੰਡਾ ਨਾ ਟੈਂਪੂ ਚਲਾਉਂਦਾ ਟੈਂਪੂ। ਹੈ ਤੁਹਾਡੇ ਵੱਲੋਂ ਹਾਂ ਸਮਝੀਏ? ਹਾਂ ਹਾਂ ਸਾਡੇ ਵੱਲੋਂ ਹਾਂ। ਆਹੋ ਬੈਠਾ ਕਰੋ, ਦੂਸਰਾ ਉਹ। ਲਓ ਜੀ ਪਹਿਲਾ ਵਿਚੋਲਨ। ਉਹ ਸੱਤੇ, ਹੋਰ ਕਿੰਨੀ ਕੁ ਪੀਣੀ ਹੈ ਯਾਰ, ਹੈ? ਚਾਰ ਵੱਜ ਗਏ, ਮੈਂ ਤਾਂ ਨੀਂਦ ਹੀ ਆਈ ਜਾਂਦੀ ਹੈ। ਕਦੇ ਤੈਨੂੰ ਪੂਰਾ ਵੀ ਖੁਸ਼ੀ ਨਹੀਂ ਯਾਰ, ਤੇਰੇ ਬਾਈ ਰੋਮੀਓ ਨੂੰ ਜੂਲੀਅਟ ਬਣ ਗਈ। ਜੂਲੀਅਟ ਕਦੇ ਤੇਰੇ ਬਾਈ ਨੇ ਜੂਲੀਅਟ ਦੇਖੀ ਤਾਂ ਹੈ ਨੀ, ਪਰ ਜੂਲੀਅਟ ਤੇਰੀ ਭਾਬੀ ਦੇ ਹੋਲੀ ਹੋਲੀ ਨਾ। ਯਾਰ ਸੱਤੇ ਗੱਲ ਤਾਂ ਸੁਣ ਲਾ, ਗੱਲ ਤੇਰੀ ਬਿਲਕੁਲ ਠੀਕ ਆ, ਪਰ ਸਵੇਰੇ ਤੇਰੇ ਤਾਂ ਮੇਰੀ ਭਰਜਾਈ ਨੂੰ ਸਵੇਰੇ ਸਵੇਰੇ ਚੱਡੂ ਕੌਲ ਇਹ ਦੱਸ। ਗੱਲ ਤਾਂ ਸਹੀ ਆ ਤੇਰੀ ਯਾਰ, ਆਪਾਂ ਹੁਣ ਕਬੀਲਦਾਰ ਹੋ ਗਏ ਹਾਂ ਬਈ, ਨਾ ਦਾਰੂ ਦੂਰੂ ਜੀ ਬਾਲੀ ਨਹੀਂ ਪੀਣੀ ਚਾਹੀਦੀ, ਜਦੋਂ ਬੰਦੇ ਦਾ ਟੱਬਰ ਟੀਰ ਦੀ ਜ਼ਿੰਮੇਵਾਰੀ ਜੀ ਭਾਜੀ। ਹੈਂ ਹਾਂ ਚੱਕ, ਸਹੀ ਗੱਲ ਆ। ਚਲ ਆਇਆ ਫਿਰ, ਜੁੱਤੀ ਨਾ ਤੈਨੂੰ ਕੀ ਲੱਗਿਆ ਸੀ ਤੂੰ ਬਚ ਜਾਏਂਗੀ? ਗਾੜੀ ਆ ਫੜ, ਮਾਰ ਕੇ ਬੈਟਿੰਗ ਕਰਾ ਸਟਾਰਟ। ਕਿੱਧਰ ਦਾਦਾ
ਜੱਟਾਂ ਦੇ ਹੱਥਾਂ ਚੋਂ ਨਿਕਲ ਜਾਂਦੇ ਆ ਆ ਫੜ ਉਹ ਆ ਜਾ ਛੇਤੀ ਕਰ ਲਾ ਸਟਾਰਟ ਇਹਨੂੰ ਯਾਰ ਨੀਂਦ ਆਈ ਜਾਂਦੀ ਆ ਹੋ ਗਿਆ ਸਟਾਰਟ ਆ ਜਾ ਛੇਤੀ ਆ ਜਾ ਹੁਣੇ ਬਾਈ ਮਿਸਰਾ ਹਾ ਕਰ ਗਈ ਪੰਜ ਮਾਈਲ ਰੁਪਈਏ ਪੂਰਾ ਸੌ ਜੱਤੀ ਹੈ ਪੰਜ ਮਿੱਤਰਾਂ ਨੂੰ ਹਾਂ ਕਰ ਗਈ ਪੰਜ ਬਾਈ ਦੇ ਰੁਪਈਏ ਸਾਰਾ ਢੋਲ ਚੱਟੀਏ ਉਹ ਦੇਖੀ 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 ਉਹਦੇ ਉਹ ਤੇਰੀ ਭੈਣ ਨੂੰ ਕਈ ਵਾਰ ਮੈਂ ਸੋਚਦਾ ਇਹ ਸਿਗਰਟ ਜਾਂ ਬੀੜੀ ਮੈਨੂੰ ਕੀ ਨੁਕਸਾਨ ਪਹੁੰਚਾਏਗੀ ਕੀ ਇਹ ਸਟ੍ਰੋਕ ਦੀ ਵਜ੍ਹਾ ਬਣੇਗੀ ਤੇ ਮੈਂ ਆਪਣੇ ਪਰਿਵਾਰ ਉੱਤੇ ਬੋਝ ਬਣ ਜਾਵਾਂਗਾ ਕੀ ਇਸ ਨਾਲ ਮੈਨੂੰ ਫੇਫੜਿਆਂ ਦਾ ਕੈਂਸਰ ਹੋ ਜਾਏਗਾ ਕੀ ਇਹ ਮੂੰਹ ਦੇ ਕੈਂਸਰ ਦੀ ਵਜ੍ਹਾ ਬਣੇਗੀ ਜਾਂ ਦਿਲ ਦੀ ਬਿਮਾਰੀ ਦੀ ਜਾਂ ਮੈਨੂੰ ਐਮਫੀਸੀਮਾ ਦੇ ਨੇੜੇ ਲੈ ਜਾਏਗੀ ਅਗਲੀ ਵਾਰ ਸਿਗਰਟ ਜਾਂ ਬੀੜੀ ਦਾ ਪੈਕੇਟ ਕੱਢਦਿਆਂ ਖੁਦ ਤੋਂ ਪੁੱਛੋ ਇਹ ਸਿਗਰਟ ਜਾਂ ਬੀੜੀ ਮੈਨੂੰ ਕੀ ਨੁਕਸਾਨ ਪਹੁੰਚਾਏਗੀ ਤੰਬਾਕੂ ਅੱਜ ਹੀ ਛੱਡੋ ਮਦਦ ਲਈ 1-800-112-356 ਤੇ ਕਾਲ ਕਰੋ ਜਾਂ 011-229-0170-1 ਤੇ ਮਿਸਡ ਕਾਲ ਦੇਵੋ ਮੈਂ ਕਦੋਂ ਸੋਚਿਆ ਸੀ ਮੇਰੀ ਜ਼ਿੰਦਗੀ ਇੰਜ ਬਦਲ ਜਾਏਗੀ ਸਭ ਕੁਝ ਇੰਨਾ ਚੰਗਾ ਸੀ ਇੱਕ ਚੰਗਾ ਪਤੀ ਦੋ ਪਿਆਰੇ ਬੱਚੇ ਪਰ ਤੰਬਾਕੂ ਨੇ ਸਭ ਕੁਝ ਬਦਲ ਦਿੱਤਾ ਹੁਣ ਇਸ ਫੈਲਦੇ ਹੋਏ ਕੈਂਸਰ ਨੂੰ ਮੇਰੇ ਚਿਹਰੇ ਤੋਂ ਕੱਟਣਾ ਪਏਗਾ ਹੁਣ ਕੁਝ ਵੀ ਪਹਿਲੇ ਵਰਗਾ ਨਹੀਂ ਰਹੇਗਾ ਤੰਬਾਕੂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਖੈਨੀ ਗੁਟਕਾ ਤੰਬਾਕੂ ਜ਼ਰਦਾ ਪਾਨ ਮਸਾਲਾ ਤੁਹਾਡਾ ਜੀਵਨ ਉਜਾੜ ਦਿੰਦੇ ਹਨ ਤੈਨੂੰ ਕਿਹਾ ਸੀ ਦੇਵੀ ਦੇਵਤੇ ਨੂੰ ਨਾ ਲਿਆ ਵਿੱਚ ਤੂੰ ਟਲਿਆ ਨੀ ਨਾ ਗੱਲ ਆ ਬਾਈ ਤੂੰ ਤੂੰ ਟਾਈਟੈਨਿਕ ਭਾਵੇਂ ਡੁਬੋ ਕੇ ਹਟਿਆ ਪਰ ਮੈਂ ਤੇਰੇ ਛੋਟੇ ਵੀਰ ਕਾਟੀ ਨੇ ਪੰਜ ਰਤਨੀ ਡੁੱਬਣ ਨਹੀਂ ਦਿੱਤੀ ਆ ਦੇਖ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤਿਆਂ ਵੀ ਸ਼ਰਮਾ ਮੇਰੇ ਆ ਸਾਲਿਆ ਹੁਣ ਤਾਂ ਟਲ ਜਾ ਪੱਧਰਕਾਰਾ ਕੀਤਾ ਨਾ ਇਹ ਤਾਂ ਤੁਸੀਂ ਸੋਫੀਓ ਕਰ ਸਕਦੇ ਸੀ ਔਰ ਤੁਸੀਂ ਇੱਕ ਵਾਰ ਬਾਹਰ ਤਾਂ ਹੋਵੇ ਤੇਰਾ ਪਿਓ ਤਾਂ ਕੋਡਾ ਰਾਕਸ਼ ਬਣਿਆ ਖੜਾ
ਨਾ ਬਾਪੂ ਜੀ ਨਾ, ਗੁੱਸਾ ਨਾ ਕਰਿਓ। ਗਊ ਮਾਤਾ ਮੂਹਰੇ ਆ ਗਈ ਸੀ, ਮਿੰਦਰ ਜੀ ਤੇ ਚੜ ਗਿਆ। ਹਾਂ ਹਾਂ ਤਾਇਆ ਜੀ, ਗਊ ਮਾਤਾ ਨੂੰ ਬਚਾਉਂਦੇ ਬਚਾਉਂਦੇ। ਬਸ ਕਰ ਮੇਲਾ ਸਿਆ, ਸੱਟ ਪੇਟ ਤੋਂ ਬਚ ਗਏ ਮੁੰਡੇ, ਕਿਉਂ ਗਰਮ ਹੋ ਗਿਆ ਨਾ? ਤੁਹਾਡੀ ਅੰਮਾ ਕੀ ਕਰਦਾ ਸੱਤੇ ਦੇ ਬਾਪੂ, ਉਹ ਤਾਂ ਨਿਆਣੇ ਨੇ, ਤੂੰ ਤਾਂ ਸਿਆਣਾ ਪਿਆਣਾ ਹੈ। ਚੱਕਰ ਤੂੰ ਹੀ ਸਿਰ ਚੜਾਇਆ। ਹੇ ਭਾਈ, ਮੁੰਡਾ ਤਾਂ ਸਾਡਾ ਬਾਈ ਲੁੱਟਰ ਹੈ, ਹੈ ਮੇਲਾ ਸਿਆ, ਹੁਣ ਆ ਕੀ ਦੇਖੀ ਜਾਣਾ? ਨਾ ਲੜੋ, ਇਹਨੂੰ ਬਾਹਰ ਤਾਂ ਕੱਢੋ। ਉਹ ਮੈਂ ਤਾਂ ਆਪ ਕਹਿਣਾ ਇੱਕ ਵਾਰ ਬਾਹਰ ਤਾਂ ਆਉਣ। ਉਹ ਕੋਈ ਨੀ ਕੋਈ ਨੀ, ਬੱਲੇ ਬੱਲੇ ਬੱਲੇ, ਮੈਂ ਲਾ ਲਿਆ ਹਿਸਾਬ। ਬਈ ਜਿਹੜੇ ਹਿਸਾਬ ਨਾਲ ਇਹ ਟੈਂਪੂ ਡੁੱਬਿਆ, ਇਹਦੇ ਤਿੰਨੋਂ ਟਾਇਰ ਪੰਚਰ ਹੋਣਗੇ। ਲੈ ਤੇ 30 ਰੁਪਏ ਦੇ ਹਿਸਾਬ ਨਾਲ 90 ਰੁਪਏ ਬੇਬੇ ਤੇਰੇ ਕੀਚੂ ਦੇ ਪੱਕੇ ਆ। ਓਏ ਤੂੰ ਦੂਰੀ ਬਣਾ ਲਾ ਕੀਚੂ, ਓਏ ਮੈਥੋਂ ਦੂਰੀ। ਓ ਜਿਹੜਾ ਕੇਸਲਾ ਉਹਨਾਂ ਤੇ ਫਿਰਨਾ ਕੀਤਾ ਤੇਰੇ ਤੇ ਨਾ ਫਿਰ ਜਾਏ। ਚੁੱਪ ਕਰ ਜਾ ਓਏ, ਕਦੇ ਚਾਜੀ ਗੱਲ ਨਹੀਂ ਕੀਤੀ ਇਹਨੇ। ਸਾਲਾ ਪੈਂਚਰਾਂ ਦਾ ਹੋਇਆ ਹੈ, ਇਹਨੂੰ ਬਾਹਰ ਵੀ ਕੱਢੋ ਹੁਣ। ਕੱਢਦੇ ਆ ਭਾਈ, ਕੱਢਦੇ ਆ। ਮੈਂ ਭਾਈ ਕੋ ਹੀਲਾ ਕਰਾਂ। ਓ ਹੁਣ ਤੂੰ ਚੁੱਪ ਕਰੇਂਗੇ ਤਾਂ ਹੀਲਾ ਕਰੇਂਗੇ, ਬਸ ਕਰ। ਓ ਲਿਆਓ ਮੁੰਡਿਓ, ਇਹਨਾਂ ਨੂੰ ਬਾਹਰ ਕੱਢੀਏ। ਕਾਟੀ ਬੁੜਾ ਕੇਸਲਾ ਫਿਰ। ਕਾਟੀ। ਹਾਂ। ਕਹੀ ਲੈ ਕੇ ਆ। ਆਇਆ, ਆ ਜਾ। ਆ ਲੈ, ਉਹ ਕੀ ਹੋ ਗਿਆ? ਆ ਕੀ, ਆ ਕੀ ਆ? ਕੁਛ ਮੋਟਾ ਹੀ ਲੱਗਦਾ, ਖਿੱਚਣ ਕੱਢ ਖਿੱਚ। ਓਏ ਇੱਧਰ ਆ, ਓਏ ਖਿੱਚੋ। ਚੱਲ ਚੱਲ, ਚਲੋ ਚਲੋ, ਅਗਲੇ ਪਾਸੇ ਪਾ ਹੱਥ। ਸ਼ਾਬਾਸ਼ ਸ਼ਾਬਾਸ਼, ਚੱਕੋ ਚੱਕੋ, ਖਿੱਚੋ, ਲਾਓ ਜ਼ੋਰ। ਦੇਖ ਕੇ ਦੇਖ ਕੇ ਚਲਿਓ ਥੱਲੇ, ਦੇਖ ਕੇ ਪਾਰਾ 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 ਜ਼ੋਰ ਲਾ ਕੇ ਖੋਲਣ। ਪਤਾ ਨਹੀਂ ਕਿ ਕਿ ਬਕਸਾ ਜਾਏ ਹੈ ਕੀ ਹੋਏ? ਜਿੰਦਾ ਲੱਗਿਆ ਹੋਇਆ। ਪਾਸੇ ਹਟ, ਤੇ ਤਕਈ ਨਾਲ ਦੌੜ। ਰਾਮ 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 ਰਾਮ, ਆ ਤਾਂ ਲਕਸ਼ਮੀ ਦੀ ਕਿਰਪਾ ਹੋ ਗਈ ਭਾਈ, ਲਕਸ਼ਮੀ ਦੀ। ਸੋਨਾ ਨਿਕਲਿਆ ਭਾਈ, ਸੋਨਾ। ਸੋਨਾ ਓਏ ਬੇਬੇ, ਕਿੰਨਾ ਸੋਨਾ! ਆ ਚੱਕ ਬੇਬੇ। ਰਾਮ 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 ਰਾਮ। ਮੈਂ ਤਾਂ ਕਹਿੰਦਾ ਜਜਮਾਨੋ, ਗੱਲ ਸੁਣੋ ਮੇਰੀ, ਲਕਸ਼ਮੀ ਮਾਂ ਦੀ ਬਹੁਤ ਕਿਰਪਾ ਇਸ ਪਿੰਡ ਤੇ, ਇਹ ਸਾਰਾ ਸੋਨਾ ਨਾ ਲਕਸ਼ਮੀ ਮਾਂ ਦੀ ਕਿਰਪਾ ਨਾਲ ਆਇਆ, ਤੇ ਇਹਦਾ ਮੁਕਟ ਬਣਾ ਕੇ ਨਾ ਮਾਤਾ ਨੂੰ ਭੇਟ ਕੀਤਾ ਜਾਵੇ। ਕਮਾਲ ਕਰ ਦਿਓ ਪੰਡਿਤ ਜੀ, ਗੁਰਦੁਆਰੇ ਦੀਆਂ ਕੰਧਾਂ ਵੀ ਡਿੱਗਣ ਵਾਲੀਆਂ ਹੋਈਆਂ ਪਈਆਂ, ਇਹ ਪੈਸਾ ਉੱਥੇ ਲਾਇਆ ਜਾਵੇ, ਨਾਲੇ ਲੰਗਰ 'ਚ ਵੀ ਚਿਪਸ ਲੱਗ ਜੂ। ਦੇਖੋ ਭਾਈ, ਆਪਕੇ ਪਾਸ ਤੋ ਅੱਲਾ ਕੀ ਇਬਾਦਤ ਕਰਨੇ ਕੇ ਲਈ ਜਗ੍ਹਾ ਹੈ, ਪਰ ਗਾਓਂ ਮੇਂ ਮਸੀਦ ਕੀ ਤੋ ਦੀਵਾਰ ਵੀ ਨਹੀਂ ਹੈ। ਮੈਂ ਤੋ ਕਹਿਤਾ ਹੂੰ, ਸਬਸੇ ਪਹਿਲੇ ਗਾਓਂ ਮੇਂ ਮਸੀਦ ਬਣਨੀ ਚਾਹੀਏ। ਓ ਭਾਈ, ਮੈਂ ਤਾਂ ਕਹਿੰਦਾ
ਆ ਸਿਉਣਾ ਵੇਚ ਕੇ ਪਿੰਡ ਦੇ ਸਿਵਿਆਂ ਤੇ ਲਾਓ ਪੈਸੇ। ਉਹ ਬਾਲਾ ਮੰਦਾ ਹਾਲ ਹੋਇਆ ਪਿਆ ਸਿਵਿਆਂ ਦਾ ਤਾਂ। ਲੈ ਲਓ ਪਿੰਡ ਦੀ ਸਲਾਹ। ਉਹ ਮੁਰਦਿਆਂ ਨੇ ਉੱਥੇ ਦਰੀਆਂ ਵਿਛਾਉਣੀਆਂ ਨੇ। ਤੂੰ ਵੀ ਹੱਦ ਕਰਦਾ ਯਾਰ ਚਾਚਾ। ਸਰਪੰਚਾ ਤੂੰ ਪਹਿਲਾਂ ਇਹਨਾਂ ਦਾ ਟੈਂਪੂ ਜਿਹਾ ਠੀਕ ਕਰਾ ਦੇ, ਨਹੀਂ ਮੇਰੇ ਵਾਲਾ ਸ਼ੋਰ ਜਿਹਾ ਤਾਂ ਮਰ ਜੂਗਾ ਮੈਥੋਂ। ਹਾਂ ਹਾਂ ਤਾਇਆ ਜੀ ਬਿਲਕੁਲ ਠੀਕ ਕਹਿੰਦੇ ਨੇ। ਤੂੰ ਚੁੱਪ ਕਰ ਸਾਲਾ, ਚੱਕੀ ਰੋਣਾ ਜਾਣਾ ਹੋਵੇ ਤਾਂ। ਤੁਸੀਂ ਆਰਾਮ ਨਾਲ ਨਹੀਂ ਗੱਲ ਕਰ ਸਕਦੇ? ਉਹ ਜੇ ਸਰਕਾਰ ਨੂੰ ਪਤਾ ਲੱਗ ਗਿਆ ਸਾਰਾ ਸੋਨਾ ਲੈ ਜੂਗੀ। ਸੋਚੋ ਹੁਣ ਦਿਮਾਗ ਨਾਲ ਕਰਨਾ ਕੀ ਹੈ। ਅੱਛਾ ਸੱਤੇ ਤੂੰ ਦੱਸ ਬਈ ਇਹ ਸੋਨਾ ਕਿੱਥੇ ਲੱਗਣਾ ਚਾਹੀਦਾ? ਤੇਰਾ ਟਟਾਈ ਨੇ ਕੁੱਥੇ ਡੁੱਬਿਆ ਸੀ ਤਾਂ ਹੀ ਸਾਨੂੰ ਸੋਨਾ ਮਿਲਿਆ? ਨਾਲੇ ਤੂੰ ਪੜ੍ਹਿਆ ਲਿਖਿਆ ਵੀ ਹੈ। ਤਾਇਆ ਮੇਰਾ ਨਾ ਵਿਆਹ ਹੋਣ ਵਾਲਾ ਗਾ, ਸਾਡੀਆਂ ਦਾ ਛੱਤਾਂ ਵੀ ਚੂਈ ਜਾਂਦੀਆਂ, ਸਾਡੇ ਘਰ ਤੇ ਲਾ ਦਿਓ। ਮੇਰੇ ਘਰ ਤੇ ਲਾ ਦਿਓ? ਹੈ ਬੜਾ ਲਾਲਚੀ ਹੈ ਭਾਈ ਤੁਹਾਡਾ ਮੁੰਡਾ ਤਾਂ, ਸਾਰੇ ਪਿੰਡ ਬਾਰੇ ਹੀ ਸੋਚ ਲੈਂਦਾ। ਉਹ ਤਾਈ ਐਵੇਂ ਨਾਲ ਲਾਂਗੜ ਕੱਢ ਲਿਆ ਕਰ ਮੇਰੇ ਤੇ, ਮਖੌਲ ਕਰਦਾ ਸੀ ਮੈਂ ਤਾਂ। ਤਾਇਆ ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਇਹ ਪੈਸੇ ਨਾਲ ਪਿੰਡ 'ਚ ਇੱਕ ਵੱਡਾ ਗਰਾਊਂਡ ਅਤੇ ਜਿੰਮ ਖੁੱਲ੍ਹਿਆ ਜਾਵੇ, ਜੇ ਹੋ ਸਕੇ ਪਿੰਡ 'ਚ ਇੱਕ ਡਿਸਪੈਂਸਰੀ ਅਤੇ ਲਾਇਬ੍ਰੇਰੀ ਖੁੱਲ੍ਹੀ ਜਾਵੇ, ਅਤੇ ਪਿੰਡ ਦੇ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ ਤਾਂ ਕਿ ਕੁੜੀਆਂ ਨੂੰ ਉਚੇਰੀ ਪੜ੍ਹਾਈ ਲਈ ਦੂਰ ਨਾ ਜਾਣਾ ਪਵੇ। ਲਓ ਵੀ ਮੈਂ ਤਾਂ ਸੱਤੇ ਦੀ ਸਲਾਹ ਨਾਲ ਬਿਲਕੁਲ ਸਹਿਮਤ ਹਾਂ। ਬਸ ਫਿਰ ਹੋ ਗਿਆ ਫੈਸਲਾ, ਹੁਣ ਪੰਚਾਇਤ ਘਰ 'ਚ ਸੋਨਾ ਰੱਖਿਆ ਜਾਊਗਾ ਅਤੇ ਚਾਰ ਚਾਰ ਬੰਦੇ ਇੱਥੇ ਪਹਿਰਾ ਦੇਣਗੇ। ਅੱਗੇ ਆਪਾਂ ਨੇ ਇਸ ਸੋਨੇ ਦਾ ਕੀ ਕਰਨਾ ਹੈ ਉਹ ਅਗਲੀ ਪੰਚਾਇਤ 'ਚ ਫੈਸਲਾ ਲਵਾਂਗੇ। ਆ ਤਾਂ ਹੋਈ ਗੱਲ। ਤੈਨੂੰ ਕੀ ਹੋਇਆ? ਤੂੰ ਢਿੱਲਾ ਜਿਹਾ ਮੂੰਹ ਕਰਕੇ ਬੈਠਾ, ਕੀ ਗੱਲ? ਬੋਲ ਕੁਛ। ਕਹਾਂ ਤਾਂ ਕੀ ਕਹਾਂ ਬੀਬੀ, ਮੰਨਿਆ ਸੂਫੀ ਮੇਰੀ ਸਕੀ ਭੈਣ ਨਹੀਂ ਹੈਗੀ, ਨਾ ਹੀ ਤੇਰੇ ਢਿੱਡੋਂ ਜਾਈ ਹੈ, ਪਰ ਸ਼ਰੀਕੇ ਕਬੀਲੇ ਦਾ ਖਿਆਲ ਤਾਂ ਕਰਨਾ ਹੀ ਆ ਨਾ ਆਪਾਂ। ਕਿਹਨੇ ਜੇ ਕਿਉਂ ਪਾਈ ਜਾਂਦਾ, ਸਾਫ਼ ਸਾਫ਼ ਦੱਸ ਗੱਲ ਕੀ ਹੋਈ। ਦੇਖ ਅੱਜ ਤੋਂ ਸੱਤੇ ਨਾਲ ਇਹਦੀ ਮੰਗਣੀ ਹੋਈ, ਮੈਂ ਬੋਲਿਆ ਕੁਛ? ਨਹੀਂ ਨਹੀਂ ਬੋਲਿਆ ਨਾ। ਨਹੀਂ ਬੋਲਿਆ। ਮੈਨੂੰ ਆਇਆ ਸੀ ਉਹਦੇ ਕੋਲ ਇੱਕ ਆਮਦਨ ਦਾ ਸਾਧਨ ਹੈਗਾ, ਪਰ ਇੱਕ ਹੈਗਾ ਸੀ ਸਾਲੇ ਨੇ ਉਹ ਵੀ ਡੋਬਤਾ। ਡੋਬਿਆ ਪਤਾ ਕਿਵੇਂ ਆ? ਦਾਰੂ ਪੀ ਕੇ। ਮੈਂ ਨਹੀਂ ਛੱਡਣੀ ਆਪਣੀ ਭੈਣ ਨੇਰੇ ਚ। ਚੁੱਪ ਕਰ, ਤੈਨੂੰ ਬਾਲਾ ਮੂੰਹ ਆਉਂਦਾ ਉਹਦਾ। ਇਹ ਤਾਂ ਲੇਖ ਵਿਓ ਮਾਤਾ ਨੇ ਉੱਤੋਂ ਲਿਖ ਕੇ ਭੇਜੇ ਨੇ, ਹਰ ਕਿਸੇ ਦੇ ਆਪਣੇ ਆਪਣੇ ਨੇ। ਪਰ ਲੋਕਾਂ ਨੂੰ ਵੀ ਜਵਾਬ ਦੇਵਾਂਗੇ। ਤੂੰ ਦਫਾ ਕਰ ਲੋਕਾਂ ਨੂੰ, ਬੱਚਾ ਲੋਕਾਂ ਦਾ। ਫਿਰੇ ਬੀਬੀ ਸਹੀ ਤਾਂ ਕਹਿੰਦੀ ਹੈ, ਮੇਰੇ ਲੇਖਾਂ ਵਿੱਚੋਂ ਪਰਮਾਤਮਾ ਨੇ ਲਿਖਤਾ ਮੈਨੂੰ ਉਹੀ ਤਾਂ ਮਿਲਣਾ, ਨਾਲੇ ਮੈਂ ਜਿਸ ਦੀ ਮੁੰਦਰੀ ਪਾ ਲਈ ਹੈ ਹੁਣ ਉਹੀ ਮੇਰਾ ਲੇਖ, ਨਸੀਬ, ਮੁਕੱਦਰ, ਮੇਰਾ ਸਭ ਕੁਛ ਹੈ। ਤੂੰ ਚੁੱਪ ਕਰ ਜਾ ਕੁੜੀਏ, ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਮੈਂ ਹੁਣ ਤੱਕ ਘਰੇ ਘੁੱਗੂ ਬਣ ਕੇ ਬੈਠਾ ਰਿਹਾ, ਮੈਂ ਨਹੀਂ ਹੋਣ ਦੇਣਾ ਇਹ। ਨਾਲੇ ਲਓ ਸਰੰਜ ਨੂੰ ਸੁਨੇਹਾ ਭੇਜ ਦਿਓ, ਸਾਡੀ ਮੁੰਦੀ ਮੋੜ ਜੇ ਤੇ ਆਪਣੀ ਲੈ ਜੇ। ਹੈ ਕਮਲਨ, ਨਾਲੇ ਖਿਆਲ ਰੱਖੀ ਗੱਲ ਨਹੀਂ ਕਰਨੀ ਉਹਦੇ ਨਾਲ ਹੁਣ। ਨਾ ਮੇਰੀ ਗੱਲ ਸੁਣ ਚੱਡੂਆ, ਇਹ ਮੁੰਦਰੀਆਂ ਮੋੜ ਨਾਲ ਰਿਸ਼ਤੇ ਟੁੱਟਦੇ ਨੇ। ਅੱਗੇ ਆਪਣੀ ਮੁੰਦਰੀ ਲੈ ਜਾਓ ਅਤੇ ਸਾਡੀ ਦੇ ਜਾਓ, ਕਮਲਾ ਕਿਸੇ ਥਾਂ ਦਾ ਨਾ ਹੋਵੇ ਤਾਂ। ਸਰਪੰਚ ਸਾਹਿਬ ਕਿਉਂ ਲਾਈ ਜਾਂਦੇ ਹੋ? ਸੁਣਿਆ ਪਿੰਡ ਤੇ ਲਕਸ਼ਮੀ ਬਾਈ ਦੀ ਬਹੁਤ ਕਿਰਪਾ ਹੋਈ ਹੈ, ਸਾਨੂੰ ਵੀ ਕਰਾ ਦਿਓ ਕਬੀਰ ਜੀ ਦੇ ਦਰਸ਼ਨ। ਇਹਨੂੰ ਸਾਂਝ ਜੀ ਨੂੰ ਕਿਵੇਂ ਸੂ ਲੱਗੀ? ਨਾਲੇ ਤਾਇਆ ਇਹਨਾਂ ਨੂੰ ਕਹਿ ਕਿ ਮੈਂ ਦਰਸ਼ਨ ਕਰਾ ਦਈਏ।
ਆਪ ਤਾਂ ਵੋਟਾਂ ਤੋਂ ਬਾਅਦ ਹੁਣ ਜਾ ਕੇ ਮੂੰਹ ਦਿਖਾਇਆ। ਐਮਐਲਏ ਸਾਹਿਬ, ਇਹ ਸਾਡੇ ਪਿੰਡ ਦਾ ਖਜ਼ਾਨਾ ਹੈ ਤੇ ਇਹ ਪਿੰਡ ਤੇ ਲੱਗੂਗਾ। ਸਰਪੰਚ ਸਾਹਿਬ, ਐ ਕਿਵੇਂ ਲੱਗ ਜੂ ਪਿੰਡ ਤੇ? ਸਰਪੰਚ ਸਾਹਿਬ, ਕਾਨੂੰਨ, ਸਰਕਾਰ, ਪ੍ਰਸ਼ਾਸਨ ਵੀ ਕੋਈ ਚੀਜ਼ ਹੁੰਦੀ ਹੈ, ਨਾਲੇ ਅਸੀਂ ਵੀ ਤਾਂ ਪਿੰਡ ਦੇ ਕੁਛ ਲੱਗਦੇ ਹਾਂ। ਹਾਂ, ਇਹ ਤਾਂ ਪਿੰਡ ਦਾ ਮਾਮਾ ਲੱਗਦਾ। ਗੱਲ ਸੁਣ ਕਾਕਾ, ਹੁਣ ਤੱਕ ਤਾਂ ਬੋਲਦਾ ਸੀ ਮੈਂ ਭਾਈਬੰਦੀ ਦੀ ਭਾਸ਼ਾ, ਹੁਣ ਮੈਂ ਕਾਨੂੰਨ ਦੀ ਭਾਸ਼ਾ ਬੋਲਦਾ। ਧਰਤੀ ਚੋਂ ਨਿਕਲਿਆ ਹੋਇਆ ਕੋਈ ਵੀ ਖਜ਼ਾਨਾ ਸਰਕਾਰੀ ਹੁੰਦਾ ਤੇ ਸਰਕਾਰ ਕੋਲ ਹੀ ਜਾਓ। ਐਮਐਲਏ ਸਾਹਿਬ, ਮੇਰੀ ਗੱਲ। ਸਰਪੰਚ ਸਾਹਿਬ, ਕਾਨੂੰਨ ਇਹੀ ਹੈ। ਪੀਏ ਸਾਹਿਬ, ਬੰਦਿਆਂ ਨੂੰ ਬੁਲਾਓ ਤੇ ਕੁਬੇਰ ਜੀ ਨੂੰ ਸਰਕਾਰ ਦੇ ਦਫ਼ਤਰ ਲੈ ਜਾਓ। ਲੰਡੂ ਪਿੰਡ ਨਾ ਸੱਤੇ ਦਾ ਜਾਣੀ, ਤੁਹਾਨੂੰ ਪਤਾ ਨਹੀਂ ਨਿਆਣੇ ਹੋ ਤੁਸੀਂ, ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕਿੱਡੀ ਵੱਡੀ ਗਲਤੀ ਕਰਦੇ ਹੋ, ਇਲਮ ਨਹੀਂ ਤੁਹਾਨੂੰ? ਹਜੇ ਤਾਂ ਕਾਨੂੰਨ ਨੇ ਹੱਥ 'ਚ ਲਿਆ, ਤੂੰ ਆਪਣੀ ਧੌਣ ਬਚਾ ਲੈ, ਨਹੀਂ ਤਾਂ ਪੱਕਾ ਪੈਂਚਰ ਲਾ ਕੇ ਘਰ ਨੂੰ ਤੋੜੂ। ਨਾਲੇ ਜਿਹੜੇ ਪੈਸੇ ਤੂੰ ਖਾਣੇ ਸੀ ਨਾ, ਉਹ ਖਾ ਲੈ, ਬੜਾ ਖਾਣ ਨਾਲ ਨਾ ਤੇਰਾ ਮੈਦਾ ਖਰਾਬ ਹੋ ਜੂ। ਸਰਪੰਚ ਸਾਹਿਬ, ਮੁੰਡਿਆਂ ਨੂੰ ਸਮਝਾਓ, ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਹੇ। ਐਮਐਲਏ ਸਾਹਿਬ, ਜਵਾਕ ਹੁਣ ਵੱਡੇ ਹੋ ਗਏ ਤੇ ਸਿਆਣੇ ਵੀ, ਨਾਲੇ ਜਿਹੜੇ ਮੁਲਕ ਦੀ ਜਵਾਨੀ ਬਗਾਵਤ 'ਤੇ ਆ ਜਾਏ ਨਾ, ਉਹ ਤੁਹਾਨੂੰ ਡਰੀਦਾ ਹੁੰਦਾ। ਚਲੋ, ਮਰਜ਼ੀ ਹੈ, ਮਰਜ਼ੀਆਂ ਪਗਾਉਂਦੇ ਨੇ, ਪਰ ਸਰਪੰਚ ਸਾਹਿਬ ਸਮਝਾਓ ਇਹਨਾਂ ਨੂੰ, ਮਰਜ਼ੀਆਂ ਨਾ ਕਈ ਵਾਰ ਮਹਿੰਗੀਆਂ ਪੈ ਜਾਂਦੀਆਂ ਨੇ। ਚਲੋ, ਚਲਿਆ ਜਾਂਦਾ ਮੈਂ। ਦੇਖਿਆ, ਮੈਂ ਆਂਦੀ ਸੀ ਨਾ ਵੀ ਸਾਡੇ ਪਿੰਡ ਦੇ ਮੁੰਡੇ ਲੋੜਿਆਂ ਦੇ ਸਿਆਣੇ ਹੈ, ਹੁਣ ਆ ਸਾਡੇ ਘੀਚ ਨੂੰ ਹੀ ਲਾ ਲਓ, ਪੈਂਚਰ ਲਾਉਂਦਾ ਹੈ ਤੇ ਆਥਣ ਨੂੰ। ਬਸ ਠੀਕ ਹੈ, ਕਾਟੀ ਗੱਲ ਸੁਣ ਮੇਰੀ ਯਾਰ, ਕਾਟੀ ਫੋਨ ਨਹੀਂ ਲੱਗਦਾ ਤੇਰੀ ਭਾਬੀ ਦਾ, ਫਿਕਰ ਕਰਦੀ ਹੋਣੀ ਹੈ, ਇੱਕ ਤਾਂ ਹੈ ਗਊ ਵਰਗੀ, ਚੱਲ ਕੇ ਆਈਏ ਮਾੜਾ ਜਾ। ਚੱਲ ਚੱਲ। ਨੀ, ਇੰਨਾ ਗੁੱਸਾ ਨਾ ਕਰ, ਕਿਉਂ ਲਾਲ ਪੀਲੀ ਹੋਈ ਜਾਂਦੀ ਆ, ਖਬਰੇ ਨਾ ਪੀਤੀ ਹੋਵੇ ਇਹਨਾਂ ਦੋਵਾਂ ਦੇ ਨਾ, ਪੰਜ ਵਜੇ ਨੂੰ ਪੀ ਕੇ ਪੂਰਾ ਢੋਲ ਚੱਟੀਏ ਵਾਲੀ ਫੀਲਿੰਗ, ਪੱਕਾ ਪੀਤੀ ਹੋਣੀ ਹੈ, ਨਾਲੇ ਡਬੋਤੀ ਕਿਸਮਤ ਮੇਰੀ ਟੋਬੇ ਚ। ਉਹ ਚੱਲ ਕੋਈ ਨੀ, ਇੰਨੀ ਅੱਗ ਵਰੋਲਾ ਨਾ ਹੋ ਜਿਵੇਂ ਉਹ ਮੂਹਰੇ ਹੀ ਬੈਠਾ। ਬੰਦੇ ਦੀ ਮਾਂ ਤੇ ਜਨਾਨੀ ਨਾ ਦੋਵੇਂ ਇੱਕ ਬਰਾਬਰ ਹੁੰਦੀਆਂ ਨੇ, ਇਹਨਾਂ ਨੂੰ ਪਤਾ ਹੁੰਦਾ ਆਪਣੀ ਜੜੀ ਦਾ, ਕੀ ਕਰ ਸਕਦੀਆਂ ਤੇ ਕੀ ਨਹੀਂ ਕਰ ਸਕਦੀਆਂ, ਨਾਲੇ ਵੇਖ ਲਈ ਪੱਕਾ ਆਊਗਾ। ਚੱਲ ਠੰਡੀ ਰਹਿ ਬਸ। ਵੱਡਾ ਸ਼ਾਹਰੁਖ ਖਾਨ, ਦਬੋਤੀ ਨਾ ਕਿਸਮਤ ਮੇਰੀ ਟੋਬੇ ਚ, ਸ਼ਰਮ ਤਾਂ ਨਹੀਂ ਆਉਂਦੀ? ਕਿਵੇਂ ਰੋਮਾਂਸ ਕਰ ਕਰ ਦਿਖਾਉਂਦਾ, ਖੜ ਜਾ ਤੂੰ ਭਜਲਾ ਓਏ। ਤੂੰ ਗੱਲ ਸੁਣ ਸੋਫੀ, ਸੋ ਖੜ ਜਾ ਮਿੱਠੋ। ਕੀ ਕਹਿੰਦਾ ਸੀ ਤੂੰ? ਹੈ, ਦੋ ਵਾਰ ਕੀ ਹੈ, ਫਿਕਰ ਕਰਦੀ ਹੋਣੀ ਆ, ਆ ਦੇਖ ਡੰਡਾ ਚੱਕੀ ਫਿਰਦੀ ਆ। ਤੈਨੂੰ ਸ਼ਰਮ ਨਹੀਂ ਆਈ? ਤੂੰ ਸੱਚੇ ਟਾਟਾ ਨਹੀਂ ਸਮਝ ਕੇ ਦਬੋਤਾ ਟਾਟਾ। ਗੱਲ ਸੁਣ, ਖੜ ਜਾ ਯਾਰ। ਸੋਫੀ ਸੋਫੀ, ਤੂੰ ਉਹ ਟਾਟਾ ਨੇ ਕਿਵੇਂ ਡੁੱਬਿਆ ਸੀਗਾ? ਬਰਫਲੇ ਪਹਾੜ ਚ ਬੱਚੇ ਨੂੰ ਬਚਾਉਂਦਾ ਬਚਾਉਂਦਾ ਡੁੱਬ ਗਿਆ ਹੋਣਾ, ਕਿਉਂ? ਅੱਛਾ, ਕਾਟੀ ਆਪਣੇ ਵਾਲਾ ਤਾਂ, ਆਪਣੇ ਵਾਲਾ ਤਾਂ ਤੂੰ ਗਊ ਮਾਤਾ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਿਆ ਯਾਰ। ਹਾਂ, ਤੂੰ ਇੱਧਰ ਆ, ਮੈਂ ਕਹਿੰਨੀ ਆ ਉਰੇ ਆ। ਇੱਧਰ ਆ, ਐ ਕਿਵੇਂ ਆ, ਮੈਂ ਨਹੀਂ ਆਉਂਦਾ, ਨਾਲੇ ਡੰਡਾ ਸੁੱਟ ਦੇ ਪਹਿਲਾਂ। ਸੁਫੀ ਕਿਉਂ ਚੁੱਪ ਕਰ ਗਈ ਯਾਰ, ਕਾਹਨੂੰ ਗੁੱਸਾ ਕਰਦੀਆਂ? ਮੇਰੀ ਗੱਲ ਸੁਣ, ਗੁੱਸਾ ਥੁੱਕ ਦੇ ਨਾਲੇ ਡੰਡਾ ਸੁੱਟ ਦੇ, ਆਪਣੇ ਤਾਂ ਪਹਿਲੇ ਦਿਨ ਮਾੜੇ ਚੱਲੀ ਜਾਂਦੇ ਯਾਰ। ਭਾਬੀ ਭਾਬੀ, ਸੁੱਟ ਦੇ ਡੰਡਾ, ਸੁੱਟ ਦੇ ਨਾ, ਨਾਲੇ ਨਾਲੇ ਉਹ ਕੀ ਕਹਿੰਦੇ ਹੁੰਦੇ ਨੇ, ਸਿਆਣੇ ਕਹਿੰਦੇ ਨੇ ਵੀ ਲਿਖੀਆਂ ਲੇਖ ਦੀਆਂ। ਤੂੰ ਚੁੱਪ ਕਰ ਵੇ, ਚੱਕੀ ਰੋਣਾ ਜਾ। ਨਹੀਂ 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 ਕਾਟੀ, ਇੱਕ ਕਹਾਵਤ ਐ ਨਹੀਂ ਹੈਗੀ, ਇੱਕ ਕਹਾਵਤ ਹੈ ਲਿਖੀਆਂ ਲੇਖ ਦੀਆਂ ਭੋਗ ਮਨਾ ਚਿੱਤ ਲਾ ਕੇ। ਮੇਰੇ ਵਾਲੇ ਦੀ ਮੋਰਿਆ ਸੀ,
ਉਫੀ ਤੇਰਾ ਦਿਮਾਗ ਖਰਾਬ ਹੋ ਗਿਆ ਜਿਹਦਾ ਵਿਚਾਰੇ ਦਾ ਡੇਲਾ ਨਿਕਲ ਜਾਂਦਾ ਫੇਰ ਮਾਰੇ ਤਾਂ ਮੈਂ ਤੇਰੇ ਸੀ ਗਈ ਉਹਦੇ ਵੱਲ ਨੂੰ ਆ ਤੂੰ ਚੁੱਪ ਕਰ ਜਾ ਮਿੱਠੋ ਭੋਗ ਲੈ ਹੈ ਨਾਲੇ ਚੰਗੀ ਤਰ੍ਹਾਂ ਭੋਗੀ ਸੂਫੀ ਲੈ ਲਾ ਭੋਗ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹ ਬਸ ਕਰ ਹੁਣ ਦੇਖ ਤੂੰ ਮੇਰੀ ਗੱਲ ਸੁਣ ਦੇਖ ਆਪਾਂ ਸ਼ਹਿਰ ਚੱਲਦੇ ਆ ਤੈਨੂੰ ਬੱਤਾ ਪਿਆਉਣਾ ਠੰਡੇ ਦਿਮਾਗ ਨਾਲ ਬੈਠ ਕੇ ਆਪਾਂ ਗੱਲ ਕਰਦੇ ਆ ਠੀਕ ਹੈ ਰਹਿਣ ਦੇ ਬਸ ਸੂਫੀ ਪਲੀਜ਼ 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 ਤੂੰ ਚੁੱਪ ਕਰ ਹੁਣ ਚੱਲ ਹੁਣ ਜਾ ਪਰ ਵੀਰੇ ਹੈਪੀ ਮੈਰਿਡ ਲਾਈਫ ਮਨਾਲਾ ਯਾਰ ਮੇਰਾ ਘਰ ਟੁੱਟ ਜੂ ਵੀਰ ਬਣ ਕੇ ਮਨਾਲਾ ਯਾਰ ਵੀਰ ਬਣ ਕੇ ਪਲੀਜ਼ ਯਾਰ ਐਕਸਕਿਊਜ਼ ਮੀ ਚਾਹ ਲੈ ਕੇ ਆਇਓ ਤੁਸੀਂ ਦੋਵੇਂ ਕੀ ਪੀਓਗੇ ਚਾਹ ਹੀ ਪੀ ਲਾਂਗੇ ਨਾ ਨਾ ਦਾਰੂ ਪੀ ਲੈ ਪੀਣੀ ਹੈ ਡੱਡੂ ਜਿਹਾ ਮੈਂ ਮੰਨਦਾ ਸਾਡੇ ਤੋਂ ਗਲਤੀ ਹੋਈ ਪਰ ਕਿੱਡਾ ਵੱਡਾ ਖਜ਼ਾਨਾ ਵੀ ਤਾਂ ਲੱਭਿਆ ਜੇ ਪਿੰਡ ਦਾ ਕੁਛ ਹੋਊਗਾ ਤਾਂ ਸਾਡਾ ਵੀ ਤਾਂ ਭਲਾ ਹੋਊਗਾ ਹੁਣ ਨਹੀਂ ਪੀਂਦਾ ਮਾਫ਼ ਕਰ ਦੇ ਪਲੀਜ਼ ਸੱਤੇ ਤੈਨੂੰ ਅੰਦਾਜ਼ਾ ਵੀ ਹੈ ਤੇਰੇ ਨਾਲ ਮੰਗਣੀ ਕਰਵਾਉਣ ਲਈ ਮੈਂ ਭਾਬੀ ਮਿੱਠੋ ਨੇ ਕੀ ਪਾਪੜ ਵੇਲੇ ਨੇ ਤੂੰ ਕਿੰਨੀ ਆਸਾਨੀ ਨਾਲ ਕਿਹਾ ਤਾਂ ਮਾਫ਼ ਕਰ ਦਿਓ ਕੁਝ ਗਲਤੀਆਂ ਨਾ ਕਦੇ ਠੀਕ ਨਹੀਂ ਹੋ ਸਕਦੀਆਂ ਸੱਤੇ ਤੈਨੂੰ ਪਤਾ ਆਪਣੇ ਭਰਾ ਦੀਆਂ ਅੱਖਾਂ 'ਚ ਮੈਂ ਪਹਿਲੀ ਵਾਰ ਆਪਣੇ ਲਈ ਇੰਨੀ ਫਿਕਰ ਅਤੇ ਮੂੰਹ ਵੇਖਿਆ ਹੁਣ ਮੈਂ ਉਹਨਾਂ ਦੀ ਖਿਲਾਫਤ ਨਹੀਂ ਕਰ ਸਕਦੀ ਮੈਨੂੰ ਨਹੀਂ ਪਤਾ ਹੁਣ ਕੀ ਹੋਣਾ ਕੀ ਨਹੀਂ ਮੇਰੇ ਘਰਦਿਆਂ ਵੱਲੋਂ ਹੁਣ ਸਾਫ਼ ਜਵਾਬ ਹੈ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਆਪ ਹੀ ਸਭ ਕੁਝ ਠੀਕ ਕਰ ਚੱਲ ਮਿੱਠੋ ਸਭ ਖੁਸ਼ੀਆਂ ਨੂੰ ਤੇ ਚਾਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਮਾਂ ਨੂੰ ਸਾਡੀ ਟੁੱਟੀ ਨਹੀਂ ਉਮੀਦ ਹਾਲੇ ਭਾਵੇਂ ਸ਼ੀਸ਼ੇ ਵਾਂਗੂ ਟੁੱਟ ਗਏ ਇੰਜ ਲੱਗਦਾ ਤੇਰੇ ਵਾਂਗ ਰਾਮ ਹਾਸੇ ਵੀ ਸਾਥੋਂ ਰੁੱਸ ਗਏ ਸਾਨੂੰ ਧੁੱਪ ਗਵਾਂ ਦੀ ਲੂਸ ਰਹੀ ਅਸੀਂ ਪੈ ਤਰਸਦੇ ਛਾਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਮਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਮਾਂ ਨੂੰ ਤੇਰਾ ਇਸ਼ਕ ਲੈ ਕੇ ਬਹਿ ਗਿਆ ਸਭ ਖੁਸ਼ੀਆਂ ਨੂੰ ਤੇ ਜਾਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਮਾਂ ਨੂੰ
ਸੀ ਕਿਸਮਤ ਦੇ ਨਾਲ ਲੜ ਰਹੇ ਇੱਕ ਚੰਨ ਤੇ ਹੱਕ ਜਿਤਾਉਣ ਲਈ ਮੁੱਦਤਾਂ ਤੋਂ ਕੋਸ਼ਿਸ਼ ਕਰ ਰਹੇ ਤੇਰੇ ਦਿਲ ਵਿੱਚ ਜਗ੍ਹਾ ਬਣਾਉਣ ਲਈ ਖੌਰੇ ਰੱਬ ਵੈਰੀ ਜਾਂ ਜੱਗ ਵੈਰੀ ਜੋ ਲੱਗੀ ਨਜ਼ਰ ਦੁਆਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਰਾਵਾਂ ਨੂੰ ਅਸੀਂ ਪੁੱਛਦੇ ਰਹੀਏ ਰਾਵਾਂ ਨੂੰ ਤੇਰਾ ਇਸ਼ਕ ਲੈ ਕੇ ਬਹਿ ਗਿਆ ਸਭ ਖੁਸ਼ੀਆਂ ਨੂੰ ਤੇ ਚਾਵਾਂ ਨੂੰ ਕਦ ਮੁੜ ਕੇ ਆਉਣਾ ਸੱਜਣਾ ਅਸੀਂ ਪੁੱਛਦੇ ਰਹੀਏ ਸਰ ਅਸੀਂ ਸੁਣਿਆ ਕਿ ਜਲੂਰ ਪਿੰਡ ਦੇ ਛੱਪੜ ਵਿੱਚੋਂ ਸੋਨਾ ਮਿਲੇ ਤੇ ਪਿੰਡ ਦੀ ਪੰਚਾਇਤ ਤੇ ਲੋਕਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਲੱਗਿਆ ਜੀ ਮੈਨੂੰ ਵੀ ਪਤਾ ਪਰ ਫਿਰ ਮੈਂ ਪਿੰਡ ਦਾ ਦੌਰਾ ਕੀਤਾ ਪਰ ਉੱਥੇ ਨਾ ਕੁਛ ਮਸਟੰਡਾ ਟਾਈਪ ਮੁੰਡੇ ਨੇ ਜਿਹੜੇ ਸਰਕਾਰ ਨਾਲ ਕੋਪਰੇਟ ਨਹੀਂ ਕਰ ਰਹੇ ਸਾਡੀ ਸਰਕਾਰ ਤਾਂ ਦੇਖ ਲਓ ਸ਼ੁਰੂ ਤੋਂ ਹੀ ਲੋਕ ਖੇਤਾਂ ਦੇ ਕੰਮ ਕਰਦੀ ਆ ਰਹੀ ਹੈ ਹੁਣ ਜੇ ਖਜ਼ਾਨਾ ਮਿਲਿਆ ਖਜ਼ਾਨੇ ਤੇ ਕਾਨੂੰਨੀ ਤੌਰ ਤੇ ਹੱਕ ਸਰਕਾਰ ਦਾ ਪੈਸਾ ਲੋਕਾਂ ਨੂੰ ਹੀ ਮਿਲੂ ਪਰ ਗਰੰਟਾਂ ਦੇ ਰੂਪ ਸਰ ਤੁਹਾਨੂੰ ਕੀ ਲੱਗਦਾ ਇੰਨਾ ਸੋਹਣਾ ਇੱਕ ਛੱਪੜ ਚੋਂ ਮਿਲਣਾ ਇਹ ਨੋਰਮਲ ਗੱਲ ਹੈ ਆਖਿਰਕਾਰ ਕਿਵੇਂ ਪਹੁੰਚਿਆ ਇਹ ਸੋਨਾ ਉਸ ਜਗ੍ਹਾ ਤੇ ਕਿਸ ਦਾ ਹੋ ਸਕਦਾ ਇਹ ਸੋਨਾ ਦੇਖੋ ਜੀ ਹੋ ਸਕਦਾ ਕਿ ਸਾਡੇ ਵੱਡੇ ਬਜ਼ੁਰਗਾਂ ਨੇ ਵਡੇਰਿਆਂ ਨੇ ਸਾਡੇ ਵਾਸਤੇ ਮੇਰਾ ਮਤਲਬ ਹੈ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਦੱਬ ਦਿੱਤਾ ਹੋਵੇ ਵੀ ਵੇਲੇ ਸਿਰ ਕੰਮ ਆਊ ਅਰ ਉਹ ਹੁਣ ਪੈਸਾ ਕੰਮ ਵੀ ਆਊ ਪਰ ਮੈਂ ਇਹ ਵੀ ਕਹਿਣਾ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਖਜ਼ਾਨਾ ਮਿਲਿਆ ਕਿ ਨਹੀਂ ਮੈਂ ਸਰਪੰਚ ਸਾਹਿਬ ਨੂੰ ਮਿਲਿਆ ਸੀ ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜੀ ਹੈ ਜੀ ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜਦੋਂ ਮੈਂ ਸਰਪੰਚ ਸਾਹਿਬ ਕੋਲ ਗਿਆ ਸੀ ਹੁਣ ਜਦੋਂ ਪੰਚਾਇਤ ਨੇ ਕੋਰਾ ਇਨਕਾਰ ਕਰਤਾ ਫਿਰ ਸਾਨੂੰ ਇਸ ਗੱਲ ਨੂੰ ਬਹੁਤਾ ਧੁੱਲ ਨਹੀਂ ਦੇਣਾ ਚਾਹੀਦਾ ਸਮਝੀਏ ਨਾ ਮਤਲਬ ਹਵਾ ਨਹੀਂ ਦੇਣੀ ਚਾਹੀਦੀ ਇਸ ਗੱਲ ਨੂੰ ਵਾਲੀ ਨਾਲੇ ਪੰਚਾਇਤ ਨੇ ਜਦੋਂ ਕੋਰਾ ਜਵਾਬ ਦੇ ਤਾਂ ਪੰਚਾਇਤ 'ਚ ਪਰਮੇਸ਼ਰ ਮੈਂ ਤਾਂ ਆਪਦੇ ਸਾਰੇ ਇਲਾਕੇ ਦੀ ਹਰ ਪੰਚਾਇਤ ਦਾ ਹੁਕਮ ਐਂ ਮੰਨਦਾ ਜੀ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਜੀ ਹਾਂਜੀ ਜਿਵੇਂ ਕਿ ਤੁਸੀਂ ਸੁਣਿਆ ਕਿ ਸਾਡੇ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਸੋਨਾ ਮਿਲਿਆ ਵੀ ਹੈ ਜਾਂ ਨਹੀਂ ਕੈਮਰਾਮੈਨ ਸੁਨੀਲ ਦੇ ਨਾਲ ਰਵੀ ਸ਼ਰਮਾ ਬੰਦੂਕ ਚੈਨਲ ਬਰਨਾਲਾ ਸੱਤੇ ਮੈਨੂੰ ਨਹੀਂ ਲੱਗਦਾ ਵੀ MLA ਪਿੰਡ ਦੇ ਪੈਸਾ ਲੱਗਣ ਦੂ ਤੂੰ ਕੀ ਕਹਿਣਾ ਕਹੀ ਤਾਂ ਜਾਂਦਾ ਜਿਵੇਂ ਪਹਿਲਾਂ ਸੇਵਾ ਕਰਦੇ ਰਹੇ ਹਾਂ ਅਤੇ ਪਹਿਲਾਂ ਕੀ ਕਰਤਾ ਇਹਨਾਂ ਨੇ ਜਿਹੜਾ ਹੁਣ ਕਰਨਗੇ ਪਤਾ ਨਹੀਂ ਸਲਾਹ ਕੀ ਕਰੂ ਜਾਂ ਲੋਕਾਂ ਨੂੰ ਲੁੱਟ ਸਕਦੇ ਜਾਂ ਕੁੱਟ ਸਕਦੇ ਪ੍ਰੇਮ ਚੰਦ ਖਜ਼ਾਨਾ ਸਰਕਾਰੀ ਹੈ ਖਜ਼ਾਨਾ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ ਹੈ
ਕੀ ਫਾਇਦਾ ਸਰਕਾਰ? ਖਜ਼ਾਨਾ ਤਾਂ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ। ਕੀ ਮਤਲਬ? ਮਤਲਬ ਇਹ ਕਿ ਖਜ਼ਾਨਾ ਕਰਾਓ ਚੋਰੀ ਤੇ ਭਰਪੂਰ ਕਰੋ ਖਜ਼ਾਨੇ। ਤੈਨੂੰ ਮੇਰੀ ਚ ਤਾਂ ਭੋਰਾ ਫਰਕ ਹੈਗਾ, ਭੋਰਾ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ। ਕਾਲੇ ਕੱਛਿਆਂ ਵਾਲੇ ਅੱਜ ਤੱਕ ਫੜੇ ਗਏ ਆ ਸਰਕਾਰ। ਕੀਤੀ ਸੀ ਮੈਂ ਬਾਪੂ ਨਾਲ ਗੱਲ, ਉਹ ਕਹਿੰਦਾ ਨੌਕਰੀ ਵਾਲਾ ਮੁੰਡਾ ਚਾਹੀਦਾ ਕੋਈ, ਨਿੰਦੀ ਵਰਗੇ ਵਿਹਲਣ ਨੂੰ ਤਾਂ ਮੈਂ ਆਪਣੀ ਦਿਲ ਹੀ ਨਾ ਟੱਪਣ ਦੇਵਾਂ। ਕੋਈ ਗੱਲ ਨੀ, ਜੱਟ ਦਾ ਨੌਵੀਂ ਨਿੰਦੀ ਆ, ਮੈਨੂੰ ਆਉਂਦਾ ਫਿਰ ਮਨਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਿੰਡ ਦੇ ਵਿੱਚ ਕਾਲੇ ਕੱਛਿਆਂ ਵਾਲੇ ਆ ਗਏ, ਉੱਠੋ ਕੇ ਆਪਾਂ ਉਹਨਾਂ ਨੂੰ ਫੜਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਇਆ ਤਾਂ ਹੱਦ ਹੀ ਹੋ ਗਈ, ਕਾਲੇ ਕੱਛਿਆਂ ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ?
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਬਈ ਸਾਡੇ ਪਿੰਡ ਦੀ ਗੱਲ ਬਾਹਰ ਗਈ ਕਿਵੇਂ। ਮੰਨੋ ਨਾ ਮੰਨੋ ਤਾਇਆ, ਬੰਦਾ ਪਿੰਡ ਦਾ ਪੇਤੀ ਆ। ਆਹ ਤਾਂ ਲੋੜਾ ਹੀ ਮਾਰ ਗਿਆ ਭਾਈ। ਜਿਹੜੀ ਗੱਲ ਦਾ ਡਰ ਸੀ ਬਸ ਉਹੀ ਹੋ ਗਈ। ਜੇ ਪਿੰਡ ਦਾ ਏਕਾ ਹੁੰਦਾ ਫਿਰ ਖੰਘ ਕਿਵੇਂ ਜਾਂਦਾ ਕੋਈ। ਉਹ ਲੈ ਹੁਣ ਕਿਹੜਾ ਖੰਘੇ ਸੀ ਅਗਲੇ, ਉਹ ਨਾਲੇ ਜੇ ਖੰਘੇ ਹੁੰਦੇ ਫੜੇ ਨਾ ਜਾਂਦੇ, ਅਗਲੇ ਤਾਂ ਪਾ ਗਏ ਮੋਸੇ। ਭਾਈ ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲੇ ਹੀ ਨਿਕੰਮੇ ਆ। ਆ ਹੁਣ ਮੇਰੇ ਕੀ ਚੂਨੂ ਲਾ ਲਓ। ਉਹ ਬਸ ਕਰ ਭਾਈ, ਇਹਨਾਂ ਮੁੰਡਿਆਂ ਨੂੰ ਕੁਸ ਨਾਲ ਹੁਣ ਕੀ ਹੋਣਾ, ਹੁਣ ਤਾਂ ਇਹ ਸੋਚੋ ਵੀ ਅੱਗੇ ਕਰਨਾ ਕੀ ਹੈ। ਸੱਤੇ ਹੁਣ ਸਾਨੂੰ ਹੀ ਕੁਛ ਕਰਨਾ ਪਊ, ਇੱਦਾਂ ਹੱਥ ਤੇ ਹੱਥ ਰੱਖ ਕੇ ਨਹੀਂ ਬਹਿ ਸਕਦੇ। ਐਂ ਕਿਤੇ ਸਿਰ ਦੋਸ਼ ਮੜਦੀ ਹੈ ਕਾਟੀ, ਨਾ ਕੋਈ ਸਾਡੇ ਕੋਲ ਸਬੂਤ ਆ ਨਾ ਕਿਸੇ ਨੇ ਕਿਸੇ ਦੀ ਸ਼ਕਲ ਦੇਖੀ ਹੈ। ਲੈ ਦੇਖੇ ਕਿਉਂ ਨਹੀਂ, ਜਦੋਂ ਕਾਰ 'ਚ ਬੈਠ ਕੇ ਭੱਜਣ ਲੱਗੇ ਸੀ ਨਾ। ਤੇ ਇਹ ਗੱਲ ਤੂੰ ਸਾਨੂੰ ਹੁਣ ਦੱਸਣ ਲੱਗਿਆ, ਤੇਰਾ ਨਾਂ ਸਹੀ ਰੱਖਿਆ ਕੀਚੂ। ਮੈਨੂੰ ਉਹਦੀ ਸ਼ਕਲ ਨਾ ਸਮਾਰ ਕੇ ਨਹੀਂ ਦੇਖੀ, ਪਰ ਮੈਨੂੰ ਉਹਦੇ ਫੋਨ ਦੀ ਘੰਟੀ ਪੂਰੀ ਯਾਦ ਹੈ। ਚੁੱਪ ਕਰ ਓਏ, ਹੁਣ ਰਿੰਗ ਟੋਨਾਂ ਨਾ ਫੜੂ ਤਾਇਆ ਇਹ ਕਾਲੇ ਕੱਛੇ ਵਾਲੇ ਨੂੰ। ਜਾ ਓਏ, ਕੀਚੂ ਹੀ ਰਿਹਾ ਤੂੰ ਵੀ। ਮੈਂ ਕਿਹਾ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਸੂਫੀ ਤੁਹਾਡਾ ਬੜਾ ਹੀ ਤੇਅ ਕਰਦੀ ਹੈ, ਉਸ ਜਵਾਕੜੀ ਨੇ ਤਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਜਵਾਬ ਦਿੱਤਾ ਵੀ ਭਾਈ ਮੇਰਾ ਵੱਡਾ ਭਰਾ ਜੋ ਵੀ ਕਰੂ ਉਹ ਚੰਗਾ ਹੀ ਕਰੂ। ਮੈਂ ਖੁਸ਼ ਹਾਂ ਉਹਦੇ 'ਚ। ਮੈਂ ਸਮਝਦਾ, ਪਰ ਉਹ ਖੋਵ ਕੀ ਕੁੜੀ ਨੂੰ, ਜ਼ਮੀਨਾਂ ਪਹਿਲਾਂ ਘੱਟ ਗਈਆਂ, ਇੱਕ ਉਹਦੇ ਕੋਲ ਸਾਧਨ ਸੀ ਉਹ ਵੀ। ਰੋਟੀ ਤਾਂ ਜੀ ਹਰੇਕ ਹੀ ਕਮਾਈ ਜਾਂਦਾ, ਟੈਂਪੂ ਚਲਾਉਣ ਵਾਲਿਆਂ ਦੇ ਘਰੇ ਕਿਤੇ ਰੋਟੀ ਨਹੀਂ ਪੱਕਦੀ। ਜੋ ਕੁਛ ਕੀਤਾ ਹੋਊਗਾ ਸੂਫੀ ਨੇ ਸੋਚ ਸਮਝ ਕੇ ਕੀਤਾ ਹੋਊਗਾ। ਜਵਾਕੜੀ ਦਾ ਦਿਲ ਨਾ ਤੋੜੋ। ਅੱਜ ਤੱਕ ਮੰਗਿਆ ਮੈਂ ਤੁਹਾਡੇ ਤੋਂ ਕੁਛ, ਸਿਰਫ ਇੱਕ ਸੂਫੀ ਦੀ ਖੁਸ਼ੀ ਤਾਂ ਮੰਗਦੀ ਹਾਂ। ਬੇਬੇ ਸੱਤਾ ਤਾਂ ਹੁਣ ਟੈਂਪੂ ਕਰਨੀ ਵੀ ਗਿਆ, ਮੰਨੋ ਜਾਂ ਨਾ ਮੈਨੂੰ ਨਹੀਂ ਲੱਗਦਾ ਆਪਣੀ ਕੁੜੀ ਸੁਖੀ ਰਹੋ। ਉੱਥੇ ਇੱਕ ਅਫਸਰ ਦਾ ਰਿਸ਼ਤਾ ਆਇਆ, ਰਾਜ ਕਰੂਗੀ ਰਾਜ। ਤੇਰਾ ਦਿਮਾਗ ਖਰਾਬ ਹੋ ਗਿਆ, ਅਗਲੇ ਨੇ ਮੁੰਦੀ ਪਈ ਆ, ਐਵੇਂ ਕਿਵੇਂ ਟੁੱਟ ਜੂਗਾ ਰਿਸ਼ਤਾ। ਜੇ ਕੱਲ੍ਹ ਨੂੰ ਅਗਲੇ ਪੰਚਾਇਤ ਲੈ ਕੇ ਮੇਰੇ ਘਰ ਆ ਗਏ ਤਾਂ ਕਿਵੇਂ ਮੂੰਹ ਦਿਖਾਉਂਗੀ ਉਹਨਾਂ ਨੂੰ। ਮੈਂ ਸੁਨੇਹਾ ਭੇਜਿਆ ਤਾਂ ਹੈਗਾ ਸੀ ਨਾ, ਫਿਰ ਭੇਜਿਆ ਸੀ। ਮੈਂ ਆਖਿਆ ਸੀ ਬਈ ਸਾਡੀ ਮੁੰਦੀ ਮੁੜ ਜਾਓ ਤੇ ਆਪਣੀ ਲੈ ਜਾਓ, ਪਰ ਆਇਆ ਕੋਈ। ਸਤਿ ਸ਼੍ਰੀ ਅਕਾਲ ਬਾਈ ਜੀ। ਆਉਣਾ ਤਾਂ ਮੈਂ ਪਹਿਲਾਂ ਹੀ ਸੀ ਬੀਬੀ ਜੀ, ਮੈਨੂੰ ਇਹ ਸੀ ਚੀਜ਼ਾਂ ਥੋੜੀਆਂ ਠੀਕ ਹੋ ਜਾਣ ਫਿਰ ਜਾ ਕੇ ਆਊਂਗਾ। ਕੁੜੇ ਭਾਈ ਚਾਹ ਲੈ ਕੇ ਆਓ। ਨਾ ਨਾ ਬੀਬੀ ਜੀ, ਚਾਹ ਨਹੀਂ ਪੀਣੀ ਮੈਂ। ਮੈਂ ਤਾਂ ਸਿਰਫ ਇੰਨੀ ਕਹਿਣਾ ਆਇਆ ਸੀ ਵੀ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਮਿਹਨਤ ਨਾਲ ਕੁਛ ਕਰ ਲੂੰਗਾ। ਕੋਈ ਨਾ ਭਾਈ, ਤੇਰੇ ਕੋਲ ਟਾਈਮ ਹੀ ਟਾਈਮ ਆ, ਹਜੇ ਵਿਆਹ ਨੂੰ ਵੀ ਟਾਈਮ ਆ, ਤੂੰ ਫਿਕਰ ਨਾ ਕਰ। ਪਰ ਕਾਕਾ ਜੀ ਅਸੀਂ ਕੁੜੀ ਖੂਹ 'ਚ ਨਹੀਂ ਸਿੱਟਣੀ, ਜਿਹਨੇ ਕੁੜੀ ਤੋਰਨੀ ਹੁੰਦੀ ਆ 100 ਵਾਰੀ ਸੋਚਦਾ, ਸਾਨੂੰ ਮਜਬੂਰੀ 'ਚ ਕੋਈ ਕਦਮ ਨਾ ਚੱਕਣਾ ਪੈ ਜਾਵੇ। ਨਹੀਂ ਨਹੀਂ ਬਾਈ ਜੀ, ਮੈਂ ਹਜੇ ਨੌਬਤ ਨਹੀਂ ਆਉਣ ਦੇਊਂਗਾ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਚਾਹੀਦਾ। ਕੋਈ ਨਾ ਪੁੱਤ, ਅਸੀਂ ਤੇਰੇ ਨਾਲ ਆ, ਤੂੰ ਫਿਕਰ ਨਾ ਕਰ ਕਿਸੇ ਗੱਲ ਦਾ, ਤੂੰ ਸੈੱਟ ਹੋ ਜਾ ਚੱਲ। ਠੀਕ ਹੈ ਬੀਬੀ ਜੀ, ਮੈਂ ਚੱਲਦਾ। ਚੰਗਾ ਜਿਉਂਦਾ ਰਹਿ ਪੁੱਤ।
ਕਿਵੇਂ ਆ ਕੇਜੂ? ਲਾਉਣਾ ਪੈਗ? ਪੈਗ ਆਜਾ। ਉਹ ਜਾਣਦਾ ਮੈਂ ਤੈਨੂੰ, ਨਸ਼ਾ ਨਹੀਂ ਪੱਤਾ ਨਹੀਂ, ਬਹਿ ਜਾ, ਨਹੀਂ ਦੱਸਦਾ ਤਾਈ ਨੂੰ। ਲੈ ਚੱਕ। ਹਾਂ ਵੀ ਸੱਤੇ, ਕੀ ਬਣਿਆ ਉੱਧਰ? ਸਭ ਠੀਕ ਆ ਕਟੀ, ਪਰ ਛੇਤੀ ਕੁਛ ਕਰਨਾ ਪੈਣਾ, ਨਹੀਂ ਤਾਂ ਔਖਾ ਹੋ ਜੂ। ਤੂੰ ਫਿਕਰ ਨਾ ਕਰ। ਤੂੰ ਪੈਗ ਚੱਕ। ਨਹੀਂ ਯਾਰ, ਮੈਂ ਸੂਫੀ ਨਾਲ ਵਾਅਦਾ ਕੀਤਾ, ਹੁਣ ਨਹੀਂ ਪੀਣੀ। ਲੈ ਸੱਚੀ ਛੱਡਤੀ? ਵੈਸੇ ਗੱਲ ਕਰਾਂ, ਇਹ ਕੰਮ ਤੂੰ ਸਭ ਤੋਂ ਵਧੀਆ ਕੀਤਾ, ਨਾਲੇ ਇਹਦੇ 'ਚੋਂ ਕਿਸੇ ਨੇ ਕੀ ਕੱਢਿਆ? ਤੂੰ ਚੱਕ ਕੀ ਜੂ। ਸੱਤੇ ਬਾਈ, ਜੇ ਗੱਲ ਬਾਹਲੀ ਵਿਗੜ ਗਈ, ਬੇਬੇ ਨੂੰ ਕਹਿ ਕੇ ਲਵਾਵਾਂ ਪੱਕਾ ਪੈਂਚਰ ਫਿਰ। ਕੀਜੂ, ਤੂੰ ਕਦੇ ਗਿੱਦੜ ਕੁੱਟ ਹੁੰਦੀ ਦੇਖੀ ਆ? ਨਾ ਨਾ। ਬਸ ਫਿਰ ਚੁੱਪ ਕਰਕੇ ਪੀ। ਕਾਟੀ, ਆਪਾਂ ਤਾਂ ਪੁਲਿਸ ਕੋਲ ਵੀ ਨਹੀਂ ਜਾ ਸਕਦੇ, ਕੀ ਕਰੀਏ? ਸਮਝ ਨਹੀਂ ਆਉਂਦਾ ਯਾਰ। ਥੋੜਾ ਜਿਹਾ ਵੀ ਸ਼ੱਕ ਹੈਗਾ? ਪੂਰਾ। ਆ ਦਈ ਯਾਰ ਬੋਤਲ। ਚਲ ਆ ਜਾ ਕਟੀ। ਤੁਹਾਨੂੰ ਪਤਾ ਮੇਰੀ ਪਾਵਰ ਕਿੱਡੀ ਵੱਡੀ ਆ। ਇੱਕ ਮਿੰਟ ਕਨਫਰਮ ਕਰ ਲਈਏ, ਹਲੇ ਬਾਕੀ ਆ। ਕਰ ਲਾ ਫਿਰ। ਨੰਬਰ ਬੋਲੋ ਤੇਰਾ ਕੀ ਆ? ਨੰਬਰ ਕੀ ਆ? 83603 13764 ਹੁਣ ਤਾਂ ਸੜ ਦੇ ਯਾਰ, ਨੰਬਰ ਵੀ ਦੇਤਾ। ਲੱਗ ਗਿਆ। ਹਾਂ ਹਾਂ, ਆ ਗਿਆ ਬਾਈ, ਆ ਗਿਆ। ਆਈਆ ਹੁਣ ਤਾਂ ਸੜ ਦਿਓ। ਓਏ ਓਏ, ਉਹਦਾ ਬਾਤ ਲੱਗ ਗਿਆ। ਓਏ ਆਵੇ, ਉਹ ਸੜ ਦੇ ਯਾਰ ਬਾਈ। ਇੱਕ ਗੱਲ ਹੈ, ਕੀਚੂ ਹੈ ਯਾਰਾਂ ਦਾ ਯਾਰ। ਹਾਂ ਇਹ ਤਾਂ ਹੈ ਬਾਈ। ਦੇਖ ਲਾ ਅੱਜ ਕਿੱਡਾ ਵੱਡਾ ਮਸਲਾ ਹੱਲ ਕਰਤਾ ਇਹਨੇ ਯਾਰ। ਮਸਲੇ ਦੋ ਦੋ ਹੱਲ ਕੀਤੇ ਆ ਮੈਂ।
ਮਲਾਤ ਮੇਰੇ ਸੀ ਗੱਲ ਤੇ ਅੱਜ ਤੋਂ ਬਾਅਦ ਪੱਕੇ ਆੜੀ ਆਪਾਂ ਚੱਕੋ ਅੱਜ ਦੀ ਰਾਮਲੀਲਾ ਦੇ ਕੋਸਟਿਊਮ ਪਰ ਸੋਨਾ ਉਹਦੇ ਫਾਰਮ ਹਾਊਸ 'ਤੇ ਹੀ ਹੈ ਇਹ ਕਿਵੇਂ ਪਤਾ ਲੱਗੂ ਮੈਨੂੰ ਸਭ ਪਤਾ ਬਾਈ ਓਏ ਕਿਤੇ ਤੂੰ ਹੀ ਤਾਂ ਨਹੀਂ ਮਿਲਿਆ ਹੋਇਆ ਉਹਨਾਂ ਨਾਲ ਨਹੀਂ ਬਾਈ ਮੈਂ ਨਿੱਕਾ ਹੁੰਦਾ ਕੰਮ ਕਰਦਾ ਰਿਹਾ ਉਹਦੇ ਫਾਰਮ ਹਾਊਸ 'ਤੇ ਕਦੇ ਕਦੇ ਮੈਂ ਚਾਹ ਬਣਾਉਣ ਜਾਂਦਾ ਰਿਹਾ ਉਹਦੇ ਕਾਮਿਆਂ ਨੂੰ ਬੇਸਮੈਂਟ 'ਚ ਬਾਹਲਾ ਤਕੜਾ ਜਗਾੜ ਆ ਬਾਈ ਜਿੰਨਾ ਨਸ਼ਾ ਪੱਤਾ ਆਉਂਦਾ ਨਾ ਸਾਰੀਆਂ ਪੁੜੀਆਂ ਉੱਥੇ ਹੀ ਬਣਦੀਆਂ ਸਿਆਉਣਾ ਵੀ ਲਾਜ਼ਮੀ ਉੱਥੇ ਹੀ ਹੋਊਗਾ ਫਿਰ ਉੱਥੇ ਤਾਂ ਸਿਕਿਉਰਿਟੀ ਬਹੁਤ ਹੋਊਗੀ ਨਹੀਂ ਨਹੀਂ ਗਿਣੇ ਚੁਣੇ ਉਹਦੇ ਭਰੋਸੇ ਵਾਲੇ ਤਿੰਨ ਚਾਰ ਬੰਦੇ ਹੀ ਹੁੰਦੇ ਆ ਉੱਥੇ ਪਰ ਇਹ ਕਿਵੇਂ ਪਤਾ ਲੱਗੂ ਵੀ ਸੋਨਾ ਉਹਦੇ ਘਰੇ ਆ ਕਿ ਫਾਰਮ ਹਾਊਸ 'ਤੇ ਮੈਂ ਤਾਂ ਕਿਚ ਨੇ ਸਾੜਾ ਦੇ ਨਾਕਾ ਇਸ ਕਰਕੇ ਲਾਇਆ ਸੀ ਹਾਂ ਬਾਈ ਦੇਵੀਲਾ ਸੁਨਹਿਰਾ ਆਪਣੀ ਸਕੂਟਰੀ 'ਚ ਭਜਾ ਜਾਂਦਾ ਸੀ ਫਾਰਮ ਹਾਊਸ ਵੱਲ ਹਾਂ ਹਾਂ ਸੋਨਾ ਪੱਕਾ ਉੱਥੇ ਆ ਠੀਕ ਹੈ ਫਿਰ ਸਾਡੇ ਵਾੜੇ 'ਚੋਂ ਨਿਕਲਦੇ ਹਾਂ ਰਾਤ ਨੂੰ ਤਿਆਰ ਹੋ ਕੇ ਆਪਾਂ ਉੱਥੇ ਹੀ ਮਿਲਦੇ ਹਾਂ ਹਾਂ ਠੀਕ ਆ ਠੀਕ ਆ ਚਲੋ ਆ ਜਾਓ ਸੱਤੇ ਕੀ ਕਹਿੰਦਾ ਫਿਰ ਮਿਸਤਰੀ ਟਾਈਟੈਨਿਕ ਬਾਰੇ ਬਾਪੂ ਹਲੇ ਹੋਰ ਪੈਸੇ ਲੱਗਣਗੇ ਤਾਂ ਫਿਰ ਹੁਣ ਤੂੰ ਕੀ ਸੋਚਿਆ ਪੁੱਤ ਮੇਰੇ ਤਾਂ ਹੱਥ ਹੁਣ ਖੜੇ ਆ ਕੋਈ ਨਾ ਬਾਪੂ ਮੈਂ ਆਪੇ ਸਾਂਭ ਲੂੰਗਾ ਓਏ ਕਿਚੂ ਡਰ ਲੱਗਦਾ ਹਾਂ ਫਿਰ ਖਿੱਚੇ ਨੂੰ ਅੰਦਰ ਦੇਖੀ ਕੀ ਜਾਂਦਾ ਇੱਕੋ ਸਾਹ 'ਚ ਸਾਲਿਓ ਪਹਿਲਾਂ ਹੀ ਮੁੱਕ ਮਾਰ ਕੇ ਅੜਕ ਗਿਆ ਸੀ ਮੈਂ ਉਹ ਤੈਨੂੰ ਕੀ ਲੋੜ ਸੀ ਸ਼ਕਤੀਮਾਨ ਵਾਂਗੂ ਉੱਡ ਉੱਡ ਕੇ ਆਉਂਦੀ ਹੈ ਖਸਮੋ ਬਾਪੂ ਨੇ ਬਾਹਰ ਗੇਟ 'ਤੇ ਜਿੰਦਾ ਲਾਇਆ ਹੁੰਦਾ ਤਾਂ ਕਰਕੇ ਇੱਧਰ ਦੀ ਹੋਣਾ ਪਿਆ ਕਰੋ ਫਟਾਫਟ ਤਿਆਰ ਹੋ ਨਿਕਲੀ ਚੱਕ ਬੈਗ ਆ ਜਾਓ ਘੱਟ ਹੀ ਹੋਏ ਅੱਜ ਨਹੀਂ ਸੁੱਕੇ ਮੁੜਦੇ ਲੋਥਾਂ ਹੀ ਆਉਣਗੀਆਂ ਪਿੰਡ 'ਚ ਮੇਲੇ ਕਿਆਲਾ ਮਰਵਾਉ ਸਾਲਾ ਉਹ ਤੂੰ ਤਾਂ ਚੁੱਪ ਕਰ ਜਾ ਉਹ ਤਾਂ ਬੋਲਦਾ ਹੀ ਰਹਿੰਦਾ ਚੱਲ ਵਾਹਿਗੁਰੂ ਮਿਹਰ ਕਰੀ ਕੀ ਜੂ ਅੱਜ ਨਹੀਂ ਬਚਦਾ ਤੂੰ ਓਏ ਤਿਆਰ ਨਹੀਂ ਹੋਣਾ ਤੂੰ ਉਹ ਤਾਂ ਮਾਸਟਰ ਮਾਈਂਡ ਬਣਿਆ ਖੜਾ ਸੀ ਉੱਥੇ ਕਿਵੇਂ ਲੱਗਦਾ ਫਿਰ ਪੂਰਾ ਡਾਨ ਮੈਂ ਕਰਾ ਲਓ ਚੋਰੀ ਇਹਨਾਂ ਤੋਂ ਸਾਲਾ ਤੇਰੇ ਪਾਪੇ ਦੀ ਜਾਨ ਨਹੀਂ ਚੱਲੇ ਚੋਰੀ ਕਰਨ ਚੱਲਿਆ ਕਾਲੇ ਕੱਪੜੇ ਪਾ ਫਿਰ ਇਹੀ ਗੱਲ ਆਰਾਮ ਨਾਲ ਵੀ ਕਹਿ ਸਕਦਾ ਹੈ
ਚੱਕ ਓਏ ਚੱਲ ਜਾ। ਇਹ ਕੀ ਆ? ਸੁਰੱਖਿਆ ਕਵਚ। ਚਲ ਵੈਸੇ ਕਾਹਦੀ ਗੱਲ ਹੈ, ਜੇ ਕੋਈ ਐ ਆਪਾਂ ਨੂੰ ਦੇਖ ਲੈ ਤੇ ਰੌਲਾ ਪਾ ਦੇ ਚੋਰ ਚੋਰ ਚੋਰ, ਬੜਾਂਗਾ ਬਹੁਤ ਮੇਰੂ ਕਿ ਨਹੀਂ। ਮਰੋ ਮੇਰੇ ਸਾਲਿਓ, ਕਾਲੇ ਕੱਛੇ ਵਾਲੇ ਤਾਂ ਸੁਣੇ ਸੀ, ਸਾਲੇ ਕਾਲੀਆਂ ਟੋਪੀਆਂ ਵਾਲੇ ਵੀ ਆਉਣ ਲੱਗ ਗਏ। ਰੁਕ 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 ਰੁਕ, ਉਹ ਹੁਣ ਕੀ ਹੋ ਗਿਆ? ਰੋਕ, ਸਾਲਿਓ ਜਿਹੜੇ ਹਿਸਾਬ ਨਾਲ ਇਹ ਡਾਂਟ ਪਾਉਂਦੇ ਤਾਂ ਸਾਰਾ ਪਿੰਡ ਜਗਾ ਦੂਗਾ। ਜਿਹੜੇ ਹਿਸਾਬ ਨਾਲ ਰੌਲਾ ਪਾਉਂਦਾ ਨਾ, ਜਿਉਂਦੇ ਨੀ ਮੁੜਦੇ। ਓਏ ਕਿਉਂ ਆਵਤਾ ਬੋਲੀ ਜਾਂਦੇ ਹੋ? ਹੈ ਸੱਸੂ ਦੀ ਬੈਠੀ ਹੁੰਦੀ ਜੀਬ ਤੇ, ਪਹਿਲਾਂ ਇਹਦੀ ਲੁਤਰੋਂ ਨੇ ਪੂਰੇ ਕਟਾਤੇ, ਹੁਣ ਤੇਰੀ ਲੁਤਰੋਂ ਨੀ ਬੰਦ ਹੁੰਦੀ। ਚੱਲ ਬੈਠ ਸਾਈਡ ਤੇ, ਲੈ ਇਹਨੂੰ ਮੈਂ ਨਹੀਂ ਆਦਾ ਦਿੱਤੇ, ਤੁਰ ਕੇ ਜਾਵਾਂਗੇ। ਆਹ ਤਾਂ ਹੈਗਾ ਨਾਲ, ਆ ਲੈ ਲਾ ਦੀ ਨਾ। ਤੂੰ ਮੁੱਛਾਂ ਦੀ ਨਮਾਇਸ਼ ਬੰਦ ਕਰ ਓਏ। ਚਲੋ ਚਲੋ ਆ ਜਾਓ, ਇਹ ਮਰਵਾਉਣਗੇ ਅੱਜ। ਮੈਨੂੰ ਕੀ ਦੇਖਦਾ, ਮੈਨੂੰ ਕੀ ਪਤਾ ਸੀ ਵੀ ਇੰਨੇ ਬੰਦੇ ਹੋਣਗੇ, ਅੱਜ ਨਹੀਂ ਸੁੱਕੇ ਜਾਂਦੇ। ਹਾਂ ਦੇਖ ਲਾ ਲੈ ਕੋਈ। ਕੋਈ
ਸੱਸੂ ਦੀ ਬੈਠੀ ਤੇਰੀ ਜੀਵ ਤੇ ਖਸਮਾ ਤੇ ਤਾਂ ਜੀਵ ਹੀ ਕਾਲੀ ਆ ਹੁਣ ਕਰਾਉਣਗੇ ਮਾਸੜ ਕਿਸੀਆਂ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਉਹ ਨਹੀਂ ਬਚਦੇ ਹੁਣ ਤਾਂ ਲੋਥਾਂ ਹੀ ਜਾਣਗੀਆਂ ਸਾਡੀਆਂ ਓਏ ਤਾਂ ਕੁਛ ਵੀ ਨਹੀਂ ਹੌਲੀ ਬੋਲੋ ਜਿਨ੍ਹਾਂ ਨੇ ਫੜ ਲੈਣਾ ਆਪਣੀਆਂ ਧੌਣਾ ਲਾ ਦੇਣਗੇ ਤੂੰ ਸਾਡੀ ਧੌਣਾ ਲਾਉਣ ਤੇ ਲੱਗਾ ਪਹਿਲਾਂ ਤੇਰੇ ਬੁੜੇ ਮੂਰਤ ਕਰਤਾ ਮੈਨੂੰ ਨਾਲ ਲੈ ਚੱਲ ਉਹ ਡੰਬੇ ਫਿਰ ਇੱਧਰ ਦੇਖ
ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਬਾਹਰ ਨਹੀਂ ਜਾਣੀ ਚਾਹੀਦੀ ਇਹ ਗੱਲ। ਨਾਲੇ ਉਹਨਾਂ ਨੂੰ ਸਮਝਾ ਦੀ, ਮੈਥੋਂ ਖਤਰਨਾਕ ਕੋਈ ਨਹੀਂ। ਕੀ? ਮੈਥੋਂ ਖਤਰਨਾਕ ਕੋਈ ਨਹੀਂ, ਸਮਝ ਗਿਆ? ਜੀ ਜੀ ਸਰ। ਚਲੋ ਚਲੋ ਜੀ ਜੀ। ਤੈਨੂੰ ਕੀ ਲੱਗਦਾ ਤੇਰਾ ਵੀ ਪਿਆਰ ਨਹੀਂ ਕਰਦਾ ਤੈਨੂੰ? ਮਸਾਂ ਤਾਂ ਤੈਨੂੰ ਸੁੱਖਾ ਸੁੱਖ ਸੁੱਖ ਕੇ ਲਿਆ ਸੀ, ਤੂੰ ਆਪਣੀ ਜਗ੍ਹਾ ਠੀਕ ਸੀ ਪੁੱਤ। ਕੋਈ ਨਹੀਂ, ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ, ਆਓ ਵੀ ਆਓ। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਸਰਪੰਚ ਤਾਇਆ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਪੁੱਤਰਾ, ਕਿਵੇਂ ਆਏ? ਤਾਇਆ, ਸਾਡੇ ਪੁਰਖਿਆਂ ਨੇ ਮੁੜ ਕੇ ਦੀ ਸਿਆਹੀ ਨੇ ਕਿਸਮਤ ਲਿਖਣੀ ਸਿਖਾਈ ਹੈ ਸਾਨੂੰ। ਚੋਰੀ ਕਰਨ ਦਾ ਇਰਾਦਾ ਨਹੀਂ ਸੀ, ਪਰ ਇਹ ਸਮਾਨ ਸਾਡੇ ਪਿੰਡ ਦਾ, ਸਾਡੇ ਲੋਕਾਂ ਦਾ ਹੈ। ਪੁੱਤਰਾ, ਇਹ ਤੁਹਾਡੀ ਕੋਈ ਗਲਤੀ ਨਹੀਂ। ਵੈਸੇ ਵੀ ਚੋਰ ਦੇ ਘਰ ਚੋਰੀ ਕਰਨਾ ਕੋਈ ਪਾਪ ਨਹੀਂ ਹੁੰਦਾ। ਤੁਸੀਂ ਤਾਂ ਸਗੋਂ ਇਹ ਸਾਬਤ ਕਰਤਾ ਕਿ ਤੁਸੀਂ ਪਿੰਡ ਦੀ ਜ਼ਿੰਮੇਵਾਰੀ ਚੱਕ ਸਕਦੇ ਹੋ। ਤਾਇਆ ਤੋਂ ਫਿਕਰ ਨਾ ਕਰ, ਆਪਾਂ ਮਿਲ ਕੇ ਪਿੰਡ ਦਾ ਨਕਸ਼ਾ ਹੀ ਬਦਲ ਲਿਆਂਗੇ। ਪੁੱਤਰਾ, ਜੇ ਹਰ ਪਿੰਡ ਦਾ ਨੌਜਵਾਨ ਤੁਹਾਡੇ ਵਾਂਗੂ ਪਿੰਡ ਦੀ ਜ਼ਿੰਮੇਵਾਰੀ ਚੱਕ ਲਏ ਤਾਂ ਫਿਰ ਕੀ ਮਜਾਲ ਹੈ ਕਿਸੇ ਲੀਡਰ ਦੀ, ਕਿਸੇ ਕਾਲੇ ਕੱਛਾਂ ਦੀ, ਕਿਸੇ ਚੋਰ ਦੀ, ਕਿ ਪਿੰਡ ਨੂੰ ਲੁੱਟ ਸਕੇ ਉਹ। ਤਾਇਆ, ਫਿਰ ਲਾਉਣਾ ਸ਼ੁਰੂ ਕਰੀਏ ਪਿੰਡ ਨੂੰ, ਪੱਕਾ ਪੈਂਚ ਹੈ। ਤਾਇਆ, ਅਸੀਂ ਨਾ ਸੋਨਾ ਪਿੰਡ ਦੇ ਛੱਪ ਬਸ ਛੇਰਾ, ਬਸ ਸੋਨਾ ਜਿੱਥੇ ਹੈ ਆਪਦੇ ਕੋਲ ਹੀ ਰੱਖੋ। ਹੁਣ ਲੋਕਾਂ ਨੂੰ ਦੱਸ ਕੇ ਗਲਤੀ ਨਹੀਂ ਕਰਨੀ, ਜਿਵੇਂ ਜਿਵੇਂ ਲੋੜ ਹੋਈ ਵੇਚ ਵੱਟ ਕੇ ਆਪ ਹੀ ਦੇਈ ਜਾਇਓ, ਅਤੇ ਮੈਂ ਲੋਕਾਂ ਨੂੰ ਗ੍ਰਾਂਟ ਕਹਿ ਕੇ ਲਾਉਂਦਾ ਰਹੂੰਗਾ। ਇੱਕ ਗੱਲ ਦਾ ਖਾਸ ਖਿਆਲ ਰੱਖਣਾ ਆਪਾਂ ਨੇ, ਇਹ ਗੱਲ ਹੁਣ ਇਸ ਕਮਰੇ 'ਚੋਂ ਬਾਹਰ ਨਹੀਂ ਨਿਕਲਣੀ ਚਾਹੀਦੀ। ਠੀਕ ਹੈ ਤਾਂ, ਤੁਸੀਂ ਪਿੰਡ ਦਾ ਕੰਮ ਸ਼ੁਰੂ ਕਰਵਾਓ, ਮੈਂ ਆਪਦੇ ਵਿਆਹ ਦੀ ਤਿਆਰੀ ਵੀ ਕਰਨੀ ਹੈ। ਛੇਰਾ, ਤੇਰੇ ਵਿਆਹ ਦੀ ਤਿਆਰੀ ਤਾਂ ਹੁਣ ਸਾਰਾ ਪਿੰਡ ਗੱਜ ਵੱਜ ਕੇ ਕਰੂਗਾ, ਫਿਕਰ ਨਾ ਕਰ ਹੁਣ ਤੂੰ। ਠੀਕ ਹੈ? ਠੀਕ ਹੈ ਜੀ। ਚੰਗਾ ਚੰਗਾ ਤਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫੀਲਿੰਗ ਆ ਕੀ ਕੀਤਾ ਤੁਸੀਂ? ਕੀ
ਆ ਕੌਣ ਦਾ ਹੋਰ ਕੀ ਕਮਲੀ ਇਹਦੇ ਪਿੱਛੇ ਤਾਂ ਸਾਰੇ ਪੰਗੇ ਪਏ ਮਤਲਬ ਮਤਲਬ ਟਾਈਟੈਨਿਕ ਡੁੱਬ ਖਜ਼ਾਨੇ ਲੁੱਟ ਗਿੱਦੜ ਕੁੱਟ ਬਸ ਹੋਰ ਨਾ ਕੁਛ ਸਰਪੰਚ ਖੁਸ਼ ਸੀ ਕਿ ਪਿੰਡ ਦੇ ਟੋਭੇ 'ਚੋਂ ਲੱਭਿਆ ਖਜ਼ਾਨਾ ਵਾਪਸ ਪਿੰਡ ਵਿੱਚ ਪਹੁੰਚ ਗਿਆ ਹੁਣ ਪਿੰਡ ਦੇ ਵਿਕਾਸ ਲਈ ਕਿਸੇ ਸਰਕਾਰ ਅੱਗੇ ਹੱਥ ਨਹੀਂ ਅੱਡਣੇ ਪੈਣਗੇ ਕਾਟੀ ਵੀ ਖੁਸ਼ ਸੀ ਕਿ ਉਹਦੀ ਕਾਟ ਉਹਦੇ ਨਾਲ ਸੀ ਰਹੀ ਗੱਲ ਸੱਤੇ ਦੀ ਉਹਦੇ ਤੋਂ ਵੱਧ ਖੁਸ਼ ਕੌਣ ਹੋ ਸਕਦਾ ਸੀ ਉਹਦਾ ਵਿਆਹ ਜੋ ਸਿਰੇ ਚੜ੍ਹ ਗਿਆ ਸੀ ਸੱਤਾ ਨੇਵੀ ਦੇ ਜਹਾਜ਼ 'ਚ ਭਾਵੇਂ ਨਾ ਚੜ੍ਹ ਸਕਿਆ ਪਰ ਵਿਆਹ ਵਾਲੀ ਡੋਲੀ ਦੀ ਕਾਰ 'ਚ ਜ਼ਰੂਰ ਚੜ੍ਹ ਗਿਆ ਸੁਪਨੇ ਵੱਡੇ ਰੱਖੋ ਘੱਟੋ ਘੱਟ ਛੋਟੇ ਤਾਂ ਪੂਰੇ ਹੋਣਗੇ